ਜਿੱਕਰ ਗੱਲ ਕੀਤੀ ਆਵੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਦੀ ਤਾਂ ਉਹ ਕਾਫੀ ਲੰਮੇ ਸਮੇਂ ਤੋਂ ਜਿਹੜੇ ਬਿਮਾਰ ਚੱਲ ਰਹੇ ਨੇ ਜਿਨ੍ਹਾਂ ਦਾ ਹੁਣ ਵੀ ਐਮਐਸ ਦੇ ਵਿੱਚ ਇਲਾਜ ਚੱਲ ਰਿਹਾ ਪਰ ਸੋਸ਼ਲ ਮੀਡੀਆ ਤੇ ਲਗਾਤਾਰ ਫਰਵਾਹਾਂ ਫਲਾਈਆਂ ਜਾ ਰੀਆਂ ਨੇ ਕਿ ਉਹਨਾਂ ਦੀ ਜਿਹੜੀ ਮੌਤ ਹੋ ਗਈ ਹੈ ਜਿਸ ਤਰ੍ਹਾਂ ਦਾ ਇਹ ਸੋਸ਼ਲ ਮੀਡੀਆ ਦੇ ਉੱਤੇ ਆ ਕੰਮ ਕਰਨ ਵਾਲੇ ਲਗਾਤਾਰ ਲੱਗੇ ਹੋਏ ਨੇ ਇਹਦੀ ਜਿਹੜੀ ਭਰੋਸੇਯੋਗਤਾ ਉਹਦਾ ਪ੍ਰਭਾਵ ਨਹੀਂ ਹੁੰਦਾ ਜੀ ਜਦੋਂ ਤੱਕ ਸਰਕਾਰੀ ਤੌਰ ਦੇ ਉੱਤੇ ਕੋਈ ਐਲਾਨ ਨਹੀਂ ਕਰਦਾ ਜੀ ਅਸੀਂ ਉਹ ਸ਼ਖੀਅਤ ਜਿਹਨੇ ساری ਉਮਰ ਇਮਾਨਦਾਰੀ ਨਾਲ ਕੰਮ ਕੀਤਾ ਸਿੰਘੂ ਬਾਰਡਰ ਦੇ ਅੱਜ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਵਿਅਕਤੀ ਦਾ ਜਿਹੜਾ ਉਹ ਪਹਿਲਾਂ ਹੱਥ ਵੱਡੇ ਗਿਆ ਫਿਰ ਲੱਤ ਵੱਡੀ ਕਿ ਫਿਰ ਉਸ ਨੂੰ ਮੌਤੇ ਘਾਟ ਉਤਾਰਿਆ ਗਿਆ ਨਿੰਗ ਸਿੰਘਾਂ ਦਾ ਕਹਿਣਾ ਹੈ ਕਿ ਉਹ ਵਿਅਕਤੀ ਉੱਥੇ ਜਿਹੜਾ ਉਹ ਵੈਦ ਵੀ ਕਰਨ ਆਇਆ ਸੀਗਾ ਜੀ ਇਹਦੇ ਵਿੱਚ ਜਾਂਚ ਹੋਵੇਗੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਹੋਇਆ ਜੀ ਨਿੰਗ ਸਿੰਘਾ ਦਾ ਆਪਣਾ ਤਰਕ ਹੈ ਜੀ ਦੂਸਰੇ ਪਾਸੇ ਵਾਲਿਆਂ ਦਾ ਆਪਣਾ ਤਰਕ ਹੈ ਤੀਜਾ ਉਹਦਾ ਜਿਹੜਾ ਚੀਮਾ ਪਿੰਡ ਹੈ ਤਰਨਤਾਰਨ ਦੇ ਵਿੱਚ ਉਥੋਂ ਦੇ ਵਾਸੀਆਂ ਦਾ ਤੇ ਉਹਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਆਪਣਾ ਤਰਕ ਹੈ ਜੀ ਉਹ ਕਹਿੰਦੇ ਵੀ ਇਹਦੇ ਤਿੰਨ ਬੱਚੀਆਂ ਸੀ ਲਖਵੀਰ ਸਿੰਘ ਉਹਦਾ ਨਾਂ ਆ ਜੀ ਇਹ ਬੰਦੇ ਨੂੰ ਕੋਈ ਲੈ ਕੇ ਗਿਆ ਹੋਵੇਗਾ ਥੋੜਾ ਜਿਹਾ ਦਿਮਾਗ ਪੱਖੋਂ ਉਸ ਕਿਸਮ ਦਾ ਸੀ ਇਹ ਇਕੱਲਾ ਜਾ ਨਹੀਂ ਸਕਦਾ ਪਹਿਲੀ ਗੱਲ ਦੂਜੀ ਗੱਲ ਉਹ ਕਹਿੰਦੇ ਅਜੇ ਤੱਕ ਕਦੇ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਸੀ ਗਿਆ। ਜੀ। ਇਹ ਗੱਲ ਉਹਨਾਂ ਦੇ ਪਿੰਡ ਵਾਸੀਆਂ ਵੱਲੋਂ ਹੈ। ਕਿੰਨੀ ਕੁ ਸੱਚੀ ਹੈ ਕਿੰਨੀ ਕੁ ਨਹੀਂ ਇਹ ਤਾਂ ਜਦੋਂ ਪੁਲਿਸ ਜਾਂਚ ਕਰੇਗੀ ਉਸ ਤੋਂ ਬਾਅਦ ਪਤਾ ਲੱਗੇਗਾ। ਜੀ। ਦੂਜਾ ਵੀ ਉਰੂ ਕੋਈ ਨਾ ਕੋਈ ਵਰਗਲਾ ਕੇ ਬੰਦਾ ਉੱਥੇ ਲੈ ਕੇ ਗਿਆ ਉਹ ਕੱਲਾ ਜਾ ਨਹੀਂ ਸਕਦਾ। ਜੀ। ਇਹ ਸਾਰਾ ਆਪਣੇ ਆਪ ਦੇ ਵਿੱਚ ਜਾਂਚ ਦਾ ਵਿਸ਼ਾ ਹੈ। ਸਿੰਘੂ ਬਾਰਡਰ ਤੇ ਹੋਈ ਘਟਨਾ ਤੋਂ ਬਾਅਦ ਭਾਜਪਾ ਲੀਡਰਾਂ ਦੇ ਬਿਆਨ ਆਉਣੇ ਲਗਾਤਾਰ ਸ਼ੁਰੂ ਹੋ ਗਏ ਨੇ। ਕਿਹਾ ਜਾ ਰਿਹਾ ਹੈ ਕਿ ਉੱਥੇ ਜਿਹੜੀ ਫੋਰਸ ਆ ਉਹ ਵੀ ਵੱਧ ਲਗਾਈ ਜਾਵੇ। ਇਹ ਹਜੇ ਬਿਆਨ ਆਉਣੇ ਸ਼ੁਰੂ ਹੋ ਗਏ ਨਹੀਂ। ਉਹਨਾਂ ਨੇ ਤਾਂ ਜਦੋਂ ਲਖੀਮਪੁਰ ਹੋਇਆ ਉੱਥੇ ਮੰਤਰੀ ਪਹਿਲਾਂ ਕਹਿ ਰਿਹਾ ਸੀ ਕਿ ਦੋ ਦਿਨਾਂ ਚ ਮੈਂ ਸਾਰਾ ਕੁਝ ਚੁਕਾ ਦੇਵਾਂਗਾ ਇਹ ਕਈ ਦਿਨਾਂ ਤੋਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਕਿ ਦਿੱਲੀ ਦੇ ਬਾਡਰਾਂ ਤੋਂ ਕਿਸਾਨਾਂ ਨੂੰ ਹਟਾਉਣ ਵਾਸਤੇ ਕੋਈ ਨਾ ਕੋਈ ਪਟਕਥਾ ਕੋਈ ਨਾ ਕੋਈ ਨਵੀਂ ਬਿਉਂਤ ਗੁੰਦੀ ਜਾ ਰਹੀ ਹੈ ਜਿਹਦੇ ਤੇ ਅਗਲੇ ਦਿਨਾਂ ਦੇ ਵਿੱਚ ਹੋ ਸਕਦਾ ਇਹਨਾਂ ਤੇ ਸਖਤੀ ਵੀ ਕੀਤੀ ਕਰਨੀ ਪੈਗੀ ਸਖਤੀ ਕੀਤੀ ਜਾਵੇ ਇਹਦੇ ਤੋਂ ਬਚਣ ਦੀ ਜ਼ਰੂਰਤ ਹੈ ਇਹ ਭਾਰਤੀ ਜਨਤਾ ਪਾਰਟੀ ਵਾਲਿਆ ਨੇਤਾਾਂ ਜੀ ਜਹੀ ਜੀ ਕੋਕੋ ਉਹ ਜੇ ਕੋਕੋ ਦੇ ਬੱਚੇ ਜਿਹੜਾ ਜਿਹੜਾ ਗ੍ਰਹਿ ਤੇ ਪ੍ਰਧਾਨ ਮੰਤਰੀ ਉਹ ਜਿਹਾਂ ਨੇ ਬਾਕੀ ਅਵਾਜ਼ਾਂ ਕੱਢਣੀਆਂ ਨੇ ਆ ਜਿਹੜੇ ਪੰਜਾਬ ਵਾਲੇ ਨੇ ਉਹ ਵੀ ਤਾਂ ਉਹੀ ਅਵਾਜ਼ਾਂ ਕੱਢ-ਕੱਢ ਕੇ ਬਾਰ-ਬਾਰ ਬਖਰੇ ਰਾਗ ਆਲਾਪਦੇ ਨੇ ਜਿਹੜਾ ਕਿ ਨਹੀਂ ਬਿਹਤਰ ਤਰੀਕਾ ਤਾਂ ਇਹ ਆ ਵੀ ਕਿਸੇ ਨੇ ਸਿਹਰਦਤਾ ਦੇ ਨਾਲ ਇਹਨੂੰ ਸਿਰੇ ਲਾਉਣ ਦਾ ਇਹ ਪਾੜੇ ਨੂੰ ਖਤਮ ਕਰਕੇ ਕਿਸਾਨਾਂ ਦੇ ਨਾਲ ਗੱਲਬਾਤ ਤੋਂ ਬਾਅਦ 21 ਜਨਵਰੀ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਈ ਜੀ ਜਿਵੇਂ ਇਹ ਲੋਕ ਇਸ ਦੇਸ਼ ਦਾ ਹਿੱਸਾ ਹੀ ਨਾ ਹੋਣ ਇਹ ਤਾਂ ਪਾਕਿਸਤਾਨ ਜਾਂ ਅਫਗਾਨਿਸਤਾਨ ਦਾ ਹਿੱਸਾ ਹੋਣ ਇਸ ਤਰ੍ਹਾਂ ਦੀਆ ਵਰਤਾਰਾ ਕੀਤਾ ਜਾ ਰਿਹਾ ਜਿਹੜਾ ਮੰਦਭਗ ਹੈ ਤੇ ਆਰਐਸਐਸ ਦੀ ਤਾਂ ਜੋ ਦੁਸ਼ਹਿਰੇ ਦੇ ਦਿਹਾੜੇ ਵਾਲੇ ਦਿਨ ਮੌਕੇ ਤਾਂ ਉਹਨਾਂ ਨੇ ਜਿਹੜਾ ਪਰੇਡ ਕਰਨ ਤੋਂ ਇਨਕਾਰ ਕਰ ਦਿੱਤਾ ਕਿਸਾਨੀ ਅੰਦੋਲਨ ਕਰਕੇ ਦੇਖੋ ਇਹ ਜਿਹੜਾ ਹੈਗਾ ਹਰ ਸਾਲ ਜਦੋਂ ਦੁਸ਼ਹਿਰਾ ਹੁੰਦਾ ਹੈ ਇਹ ਬਕਾਇਦਾ ਨੀਕਰਾਂ ਪਾ ਕੇ ਤੇ ਹਥਿਆਰ ਚੱਕ ਕੇ ਪਰੇਡ ਕਰਦੇ ਹੁੰਦੇ ਆ ਇਹਨਾਂ ਨੇ ਕਿਹਾ ਕਿ ਅਸੀਂ ਅੱਜ ਇਹ ਪ੍ਰੇਡ ਨਹੀਂ ਕਰਾਂਗੇ ਕਿਸਾਨ ਅੰਦੋਲਨ ਦਾ ਨਾਲ ਇਹੋ ਕੁਝ ਵੀ ਕਹਿ ਲੋ ਜਿਵੇਂ ਕਿਸਾਨਾਂ ਨੇ ਪਹਿਲਾਂ ਕਿਹਾ ਸੀ ਕਿ ਅਸੀਂ 15 ਅਕਤੂਬਰ ਵਾਲੇ ਦਿਨ ਦਸਹਿਰੇ ਦੇ ਮੌਕੇ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਯੋਗੀ ਜਾਂ ਹੋਰਾਂ ਦੇ ਪੁਤਲੇ ਸਾੜਾਂਗੇ ਇਹਦੇ ਵਿੱਚ ਮਤਲਬ ਧਾਰਮਿਕ ਤੌਰ ਤੇ ਇੱਕ ਵਖਰੇਵਾ ਆਇਆ ਤਾਂ ਕੁਝ ਲੋਕਾਂ ਨੇ ਇਹਨੂੰ ਧਾਰਮਿਕ ਰੰਗਤ ਦੇਣ ਦਾ ਯਤਨ ਕੀਤਾ ਗਿਆ ਉਸ ਤੋਂ ਬਾਅਦ ਸਜੁਗਤ ਕਿਸਾਨ ਮੋਰਚੇ ਨੇ ਐਲਾਨ ਕਰਤਾ ਕਿ ਅਸੀਂ ਬਿਲਕੁਲ ਦਸਹਿਰੇ ਵਾਲ ਦਿਨ ਅਜਿਹਾ ਕੰਮ ਨਹੀਂ ਕਰਾਂਗੇ ਜਿਹਦੇ ਨਾਲ ਫਿਰਕਿਆਂ ਦੇ ਵਿੱਚ 파ੜਾ ਪੈਂਦਾ ਹੋਵੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੇ ਅਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਦੇ ਅਸੀਂ ਕੱਲ੍ਹ ਭਲਕੇ 16 ਅਕਤੂਬਰ ਨੂੰ ਇਹ ਜਿਹੜੇ ਪੁਤਲੇ ਆ ਇਹਨਾਂ ਦੇ ਉਪ ਫੁਕਾਂਗੇ ਹਰ ਹਾਲਤ ਦੇ ਵਿੱਚ ਫੁਕਾਂਗੇ ਉਧਰ ਬੀਐਸਐਫ ਨੂੰ ਕੇਂਦਰ ਸਰਕਾਰ ਨੇ ਜਿਹੜਾ ਅਧਿਕਾਰ ਵੱਧ ਦੇ ਦਿੱਤਾ ਜਿਹੜਾ 15 ਕਿਲੋਮੀਟਰ ਦਾ ਸੀ ਹੁਣ 50 ਕਿਲੋਮੀਟਰ ਦਾ ਦੇ ਦਿੱਤਾ ਜਿਸ ਨੂੰ ਲੈ ਕੇ ਲਗਾਤਾਰ ਜਿਹੜੇ ਸਿਆਸੀ ਆਗੂ ਨੇ ਉਹ ਵੀ ਟਿੱਪਣੀ ਕਰਦੇ ਨੇ ਤੇ ਉੱਥੇ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਣਦੀਪ ਸਿੰਘ ਸੁਰਜੇਵਾਲਾ ਆਫਿਸ ਦੇ ਵਿੱਚ ਖੇਬੜਦੇ ਹੋਏ ਨਜ਼ਰ ਆਏ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੀ ਕੁਰਸੀ ਛੱਡੀ ਹੈ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਪ੍ਰਚਾਰ ਚਰਚਾ ਜਾ ਰਹੀ ਹੈ ਕਿ ਉਹ ਵੱਧ ਤੋਂ ਵੱਧ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨਾਲ ਉਹਨਾਂ ਦੀਆਂ ਮੀਟਿੰਗਾਂ ਦਾ ਸਿਲਸਲਾ ਵੱਧ ਗਿਆ ਹੈਗਾ ਇਹ ਜਦੋਂ ਘਟਰਾ ਵਾਪਰੀ ਕਿ 50 ਕਿਲੋਮੀਟਰ ਹੋਣੀ ਚਾਹੀਦੀ ਸੀ ਤਾਂ ਰਣਦੀਪ ਸੁਰਜੀਏ ਵਾਲਾ ਨੇ ਇੱਕ ਟਵੀਟ ਕੀਤਾ ਵੀ ਮੁੱਖ ਮੰਤਰੀ ਸਾਹਿਬ ਜਦੋਂ ਤੁਸੀਂ ਮੁੱਖ ਮੰਤਰੀ ਸੀ ਅੱਜਕੱਲ ਤਾਂ ਹੈ ਨਹੀਂ ਸਾਬਕਾ ਨਹੀਂ ਜੀ ਕਿ ਉਦੋਂ ਫਿਰ ਤੁਸੀਂ ਚਿੱਠੀ ਕਿਉਂ ਨਾ ਲਿਖੀ ਵੀ 50 ਕਿਲੋਮੀਟਰ ਕੀਤਾ ਜਾਵੇ ਜਿਵੇਂ ਜਿਵੇਂ ਕੋਈ ਪਾਰਟੀ ਦਾ ਆਗੂ ਹੋਵੇ ਜਿੱਦਨ ਤੱਕ ਤਾਂ ਉਹ ਵਿੱਚ ਹੈ ਉਦੋਂ ਤੱਕ ਤਾਂ ਉਹ ਪੂਰਾ ਇਕੱਠਾ ਹੈ ਸਾਰਾ ਕੁਝ ਸਾਡਾ ਹੈ ਜਿੱਦਨ ਮੜਾ ਜਾਂ ਪਾਸਾ ਵਟ ਕੇ ਦੂਜੇ ਪਾਸੇ ਚਲ ਜਾਂਦਾ ਉਦੋਂ ਹੀ ਉਹ ਇੱਕ ਤਰ੍ਹਾਂ ਦਾ ਗद्दार ਉਹਨੂੰ ਗद्दार ਦੀਆਂ ਨਜ਼ਰਾਂ ਨਾਲ ਦੇਖਿਆ ਜਾਣਾ ਜਾਂਦਾ ਹੈਗਾ ਡੀ5 ਚੈਨਲ ਪੰਜਾਬੀ ਦੇਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰਾਂ ਜਿਸ ਦੇ ਵਿੱਚ ਅਸੀਂ ਬੱਖੂ-ਬੱਖਰੇ ਮੁੱਦਿਆਂ ਦੀ ਚਰਚਾ ਕਰਦੇ ਆ ਤੇ ਚਰਚਾ ਕਰ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢੱਲੋ ਜੀ ਆਪਾਂ ਉਹਨਾਂ ਦਾ ਸਵਾਗਤ ਕਰ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੰਗੂ ਸਾਹਿਬ ਸ਼ੁਕਰੀਆ ਮਿਹਰਬਾਨੀ ਜੇਕਰ ਗੱਲ ਕੀਤੀ ਜਾਵੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਾਂ ਉਹ ਕਾਫੀ ਲੰਮੇ ਸਮੇਂ ਤੋਂ ਜਿਹੜੇ ਬਿਮਾਰ ਚੱਲ ਰਹੇ ਨੇ ਜਿਨ੍ਹਾਂ ਦਾ ਹੁਣ ਵੀ ਐਮਐਸ ਦੇ ਵਿੱਚ ਲਾ ਚੱਲ ਰਿਹਾ ਪਰ ਸੋਸ਼ਲ ਮੀਡੀਆ ਤੇ ਲਗਾਤਾਰ ਫਰਵਾਹਾਂ ਫਲਾਈਆਂ ਜਾ ਰਹੀਆਂ ਨੇ ਕਿ ਉਹਨਾਂ ਦੀ ਜਿਹੜੀ ਮੌਤ ਹੋ ਗਈ ਹੈ ਪਰ ਉਹ ਹਲ ਤੱਕ ਨਹੀਂ ਹੋਈ ਪਰ ਲਗਾਤਾਰ ਸੋਸ਼ਲ ਮੀਡੀਆ ਤੇ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਉਹਦੇ ਬਾਰੇ ਕੀ ਕਹਿਣਾ ਜੀ ਭੰਗੂ ਸਾਹਿਬ ਜਿਸ ਤਰ੍ਹਾਂ ਦਾ ਇਹ ਸੋਸ਼ਲ ਮੀਡੀਆ ਦੇ ਉੱਤੇ ਆ ਕੰਮ ਕਰਨ ਵਾਲੇ ਲਗਾਤਾਰ ਲੱਗੇ ਹੋਏ ਨੇ ਇਹਦੀ ਜਿਹੜੀ ਭਰੋਸੇਯੋਗਤਾ ਉਹਦਾ ਪ੍ਰਭਾਵ ਨਹੀਂ ਹੁੰਦਾ ਜੀ ਜਦੋਂ ਤੱਕ ਸਰਕਾਰੀ ਤੌਰ ਦੇ ਉੱਤੇ ਕੋਈ ਐਲਾਨ ਨਹੀਂ ਕਰਦਾ ਜੀ ਅਸੀਂ ਉਹ ਸਖੀਅਤ ਜਿਹਨੇ ساری ਉਮਰ ਇਮਾਨਦਾਰੀ ਨਾਲ ਕੰਮ ਕੀਤਾ ਬਹੁਤ ਬਿਰਲੇ ਹੁੰਦੇ ਨੇ ਜਿਨ੍ਹਾਂ ਦਾ ਇਮਾਨਦਾਰੀ ਦੇ ਨਾਲ ਤਾਲੁਕਤ ਹੋਵੇ ਉਹਨਾਂ ਦੇ ਰਿਸ਼ਤੇਦਾਰ ਨੇ ਮੈਨੂੰ ਦੱਸਿਆ ਕਿ ਜਦੋਂ ਇਹ ਵਿੱਤ ਮੰਤਰੀ ਹੁੰਦੇ ਸੀ ਜੀ ਇਹਨਾਂ ਦਾ ਜੋਵਾਈ ਵੀ ਉਸੇ ਵਿਭਾਗ ਦੇ ਵਿੱਚ ਸੀ ਉਹਦੀ ਪਦੋਨਤੀ ਹੋ ਗਈ ਜੀ ਤਾਂ ਕਹਿੰਦੇ ਆ ਵੀ ਡਾਕਟਰ ਸਾਹਿਬ ਦੀ ਬੇਟੀ ਨੇ ਦੱਸਿਆ ਹੀ ਪਾਪਾ ਤੁਹਾਡੇ ਉੱਤਰ ਉਹ ਕਹਿੰਦਾ ਹਾਂ ਮੈਨੂੰ ਪਤਾ ਹੈ ਪ੍ਰਮੋਟ ਹੋ ਗਏ ਜੀ ਕਹਿੰਦੇ ਪਰ ਜਿਹੜਾ ਕਾਡਰ ਹੈ ਉਹ ਕੇਰਲਾ ਮਿਲ ਗਿਆ ਜੀ ਉਹ ਕਹਿੰਦਾ ਬੇਟਾ ਜਾਓ ਉੱਥੇ ਮੌਸਮ ਬੜਾ ਵਧੀਆ ਇੰਜੋਏ ਕਰੋ ਉੱਥੇ ਜਾ ਕੇ ਭਾਵ ਜੀ ਜੇ ਉਹਨੂੰ ਦਿੱਲੀ ਰੱਖਣਾ ਚਾਹੁੰਦੇ ਸੀ ਤਾਂ ਜਿਹੜਾ ਦੂਜੇ ਨੰਬਰ ਤੇ ਵਿਅਕਤੀ ਸੀ ਜਿਹਨੇ ਪਦਉਨਤ ਹੋ ਕੇ ਮੁਖੀ ਬੰਨਣਾ ਸੀ ਜੀ ਉਹ 6 ਮਹੀਨੇ ਸੀ ਜੀ ਉਹਦਾ ਸੇਵਾ ਮੁਕਤੀ ਦਾ ਸਮਾਂ ਜੀ ਸੋ ਉਹਨਾਂ ਨੇ ਉਹ ਗੱਲ ਬੰਨੀ ਨਹੀਂ ਉਹ ਕਹਿੰਦੇ ਜੇ ਅਸੀਂ ਵੀ ਜਾਂਦੇ ਹੁੰਦੇ ਸੀ ਨਾ ਤਾਂ ਸਾਨੂੰ ਵੀ ਉਹ ਇਹ ਕਹਿ ਜਾਂਦੇ ਹੁੰਦੇ ਸੀ ਕੋਈ ਕੰਮ ਤਾਂ ਨਹੀਂ ਫਿਰ ਤੁਸੀਂ ਬੈਠੋ ਆਪਣੀ ਪਰਜਾਈ ਕੋਲੇ ਤੇ ਲੰਗਰ ਪਾਣੀ ਸ਼ਕੋ ਤੇ ਉਸ ਪਰਿਵਾਰ ਦੇ ਵਿੱਚ ਕਹਿੰਦੇ ਉਹਨਾਂ ਦੇ ਜਿਹੜੇ ਧਰਮ ਪਤਨੀ ਗੁਰਸ਼ਰਨ ਕੌਰ ਨੇ ਉਹ ਰਸੋਈ ਦਾ ਕੰਮ ਸਾਰਾ ਆਪ ਕਰਦੇ ਨੇ ਪ੍ਰਧਾਨ ਮੰਤਰੀ ਹੁੰਦਿਆਂ ਵੀ ਉਹਨਾਂ ਦੇ ਰਸੋਈ ਦੇ ਵਿੱਚ ਕੋਈ ਨੌਕਰ ਚੱਕਰ ਨਹੀਂ ਸੀ ਜੀ ਇੱਕ ਹੋਰ ਘਟਨਾ ਦਾ ਜ਼ਿਕਰ ਕਰਦੇ ਨੇ ਕਿ ਇੱਕ ਵਾਰੀ ਰਾਜਪੁਰੇ ਉਹਨਾਂ ਦੇ ਜਿਹੜੇ ਨਾਨਕਾ ਪਰਿਵਾਰ ਸੀ ਉਹਨਾਂ ਨੂੰ ਅਜਰਾਵਰ ਜੀ ਜ਼ਮੀਨ ਮਿਲੀ ਏ ਲੇਕਿਨ ਉਹ ਸਾਰੇ ਜਿਹੜੇ ਆ ਉਹ ਰਾਜਪਰੀ ਕੰਮ ਕਰਦੇ ਆ ਜੀ ਉਹਨਾਂ ਦੀ ਧਰਮ ਪਤਨੀ ਨੇ ਇੱਕ ਸਮਾਜਿਕ ਸਮਾਗਮ ਦੇ ਵਿੱਚ ਰਾਜਪੁਰੇ ਆਉਣਾ ਸੀ ਤਾਂ ਮੌਸਮ ਠੀਕ ਸੀ ਉਹਨਾਂ ਨੂੰ ਜਿਹੜੀ ਸੀਟ ਹੈ ਉਹ ਕਹਿੰਦੇ ਏਸੀ ਕੋਚ ਦੇ ਵਿੱਚ ਨਹੀਂ ਮਿਲੀ ਜੀ ਉਹ ਕਹਿੰਨ ਲੱਗੇ ਵੀ ਏਸੀ ਕੋਚ ਤਾਂ ਫੁੱਲ ਹੈਗਾ ਜੀ ਤਾਂ ਡਾਕਟਰ ਸਾਹਿਬ ਨੇ ਜਵਾਬ ਦਿੱਤਾ ਵੀ ਭਾਗਵਾਨ ਨੇ ਦੋ ਸੁਖਮਨੀ ਸਾਹਿਬ ਦੇ ਪਾਠ ਕਰੀ ਰਾਜਪੁਰਾ ਜਾਏਗਾ ਜੀ ਆਪ ਉਹ ਇੰਜਨ ਤੋਂ ਸ਼ਾਇਦ ਦੂਜੇ ਜਾਂ ਤੀਜੇ ਡੱਬੇ ਦੇ ਵਿੱਚ ਬੈਠੇ ਹੋਏ ਸਨ ਇਹ ਉਹਨਾਂ ਦੇ ਜਿਹੜੇ ਕਜਨ ਬ੍ਰਦਰ ਨੇ ਮੈਨੂੰ ਉਹਨਾਂ ਨੇ ਆਪ ਦੱਸੀ ਗੱਲ ਜੀ ਉਹ ਕਹਿੰਦੇ ਵੀ ਪੁਲਿਸ ਨੇ ਪ੍ਰਬੰਧ ਕਰਨੇ ਸੀ ਸੁਰੱਖਿਆ ਕਾਰਨਾ ਕਰਕੇ ਹਨਾ ਜੀ ਤਾਂ ਰਾਜਪੁਰੇ ਦੇ ਸਟੇਸ਼ਨ ਤੇ ਬੜਾ ਪਾਈ ਹੋਈ ਕਲੀ ਕੁਲੀ ਪਾਈ ਵੀ ਉਹ ਕਹਿੰਦੇ ਮੈਂ ਅਧਿਕਾਰੀਆਂ ਨੂੰ ਦੱਸਿਆ ਵੀ ਮੇਰੀ ਭਰਜਾਈ ਤਾਂ ਉਹ ਦੂਜੇ ਡੱਬੇ ਦੇ ਵਿੱਚ ਆ ਜਾਂ ਤੀਜੇ ਚ ਜਾਂ ਸ਼ੁਰੂ ਚ ਆ ਗਿਆ ਜੀ ਉਹੀ ਗੱਲ ਹੋਈ ਜਦੋਂ ਥੱਲੇ ਉਤਰੇ ਉਹਨੇ ਦੁਨੀ ਹੱਥ ਚੋੜ ਕੇ ਆਖਿਆ ਜੀ ਕਿ ਤੁਸੀਂ ਆਏ ਹੋ ਸੁਰੱਖਿਆ ਲੈ ਕੇ ਆਏ ਹੋ ਠੀਕ ਹੈ ਮੈਨੂੰ ਇੰਨੀ ਲੋੜ ਨਹੀਂ ਜੀ ਮੈਨੂੰ ਤੁਸੀਂ ਅਪ ਦੇ ਤੌਰ ਤੇ ਜਾਂ ਦੂਜੇ ਕੋਈ ਦੋ ਚਾਰ ਕਰਮਚਾਰੀ ਲਾਉਣੇ ਨੇ ਉਹ ਲਾ ਦਿਓ ਜੀ ਲੇਕਰ ਪ੍ਰੋਟੋਕੋਲ ਦੇ ਮਤਬਕ ਉਹਨਾਂ ਨੇ ਉਹਨਾਂ ਨੂੰ ਉਤਤਾ ਭਾਬ ਡਾਕਟਰ ਮਨਮੋਹਨ ਸਿੰਘ ਦੀ ਸਾਦਗੀ ਦੀਆਂ ਬਹੁਤ ਉਦਾਹਰਨਾ ਦਿੱਤੀਆਂ ਜਾ ਸਕਦੀਆਂ ਨੇ ਲੇਕਿਨ ਵਿਸ਼ੇ ਪੱਧਰ ਤੇ ਉੱਤੇ ਉਹਨਾਂ ਦਾ ਜਿਹੜਾ ਦਿਮਾਗ ਕੰਮ ਕਰਦਾ ਹੈ ਉਹਨਾਂ ਨੂੰ ਪਹਿਲੇ ਜਿਹੜੇ ਪੰਜ ਚਾਰ ਸ਼ਖਸੀਅਤਾਂ ਸੀ ਉਹਨਾਂ ਚੋਂ ਗਿਨਾਇਆ ਜਾਂਦਾ ਸੋ ਇਹੋ ਜੀ ਸ਼ਖਸੀਅਤ ਬਾਰੇ ਜਦੋਂ ਅਸੀਂ ਐਸ ਤਰ੍ਹਾਂ ਦੀਆਂ ਬਹਿੁੱਦੀਆਂ ਟਿੱਪਣੀਆਂ ਕਰਦੇ ਹਾਂ ਚੜ੍ਹਦੀ ਕਲਾ ਦੀ ਗੱਲ ਤੱਕ ਕਰਨੀ ਨਹੀਂ ਇਹ ਟੈਂਦੀਆਂ ਕਲਾ ਵਾਲੀਆਂ ਗੱਲਾਂ ਕਰਦੀਆਂ ਇਹਦੇ ਨਾਲ ਸਾਡਾ ਮਜ਼ਾਕ ਬੰਦਦਾ ਜੀ ਐ ਜਿਸ शख्सियत ਨੇ ساری عمر ਉਹਨੂੰ ਅਸੀਂ ਕਹਿੰਨੇ ਆ ਉਹ ਮਤਲਬ ਦੁਆ ਕਰਦੇ ਆ ਅਰਦਾਸ ਕਰਦੇ ਆ ਪਰਮਾਤਮਾ ਦੇ ਚਰਨਾਂ 'ਚ ਉਹ ਸਿਹਤਯਾਬ ਹੋਣ ਤੇ ਅਜੇ ਉਹਨਾਂ ਤੋਂ ਦੇਸ਼ ਨੂੰ ਹੋਰ ਸਿਹਤ ਦੀ ਜ਼ਰੂਰਤ ਹੈ ਉਹ ਜਲਦੀ ਸਿਹਤਯਾਬ ਹੋ ਕੇ ਸਾਡੇ ਵਿੱਚ ਆਉਣ ਤੇ ਆਪਣੇ ਬਟਬੁੱਲੇ ਗਿਆਨ ਰਾਹੀ ਆ ਜਿੱਥੇ ਆ ਮੌਜੂਦਾ ਪ੍ਰਧਾਨ ਮੰਤਰੀ ਇਹ ਦੇਸ਼ ਨੂੰ ਲੈ ਗਿਆ ਡਾਕਟਰ ਮਨਮੋਨ ਸਿੰਘ ਨੇ ਆਪਣੀਆਂ ਨੀਤੀਆਂ ਨਾਲ ਵਿਦੇਸ਼ਾਂ ਦੇ ਵਿੱਚ ਗਿਰਵੀ ਪਿਆਸੋਣਾ ਵੀ ਲਿਆਂਦਾ ਸੀ ਉਹਨਾਂ ਬਾਰੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਬਹੁਤ ਮੰਦ ਭਗੀਆਂ ਤੇ ਮਾੜੀਆਂ ਨੇ ਜੀ ਜਿਨ੍ਹਾਂ ਲੋਕਾਂ ਨੇ ਇਹ ਕੀਤੀਆਂ ਨੇ ਸੋਸ਼ਲ ਮੀਡੀਆ ਤੇ ਪਾਈਆਂ ਨੇ ਜੇ ਸੱਚੀ ਮੁੱਚੀ ਦੇਸ਼ ਦਾ ਪ੍ਰਧਾਨ ਮੰਤਰੀ ਇਸ ਮਾਮਲੇ 'ਚ ਸਹਿਿਰਦਾ ਤਾਂ ਬਕਾਇਦਾ ਉਹਨਾਂ ਨੂੰ ਫੜ ਕੇ ਪਰਚਾ ਦਰਜ ਕਰਨਾ ਚਾਹੀਦਾ ਸਜ਼ਾ ਦੇਣੀ ਚਾਹੀਦੀ ਹੈ ਕਿ ਤੁਹਾਨੂੰ ਇਹ ਕਿਹਨੇ ਆਗਿਆ ਦਿੱਤੀ ਕਿ ਤੁਸੀਂ ਝੂਠੀਆਂ ਅਫਵਾਹਾਂ ਫਲਾਈ ਜਾਓ ਜਿਨ੍ਹਾਂ ਨਾਲ ਅਫਰਾਤਾ ਫਰੀ ਫੈਲਦੀ ਹੋਵੇ ਉਹ ਠੀਕ ਨੇ ਅਜੇ ਤੱਕ ਉਹ ਠੀਕ ਨੇ ਤੇ ਅਸੀਂ ਆਸ ਕਰਦੇ ਹਾਂ ਕਿ ਉਹ ਜਲਦੀ ਸਿਹਤਯਾਬ ਹੋ ਕੇ ਸਾਡੇ 'ਚ ਆਉਣਗੇ ਜੀ ਇਸ ਤੋਂ ਲਗਾਈ ਅਗਰ ਗੱਲ ਕੀਤੀ ਜਾਵੇ ਸਿੰਘੂ ਬਾਰਡਰੀ ਤੋਂ ਸਿੰਧੂ ਸਿੰਘੂ ਬਾਰਡਰ ਦੇ ਅੱਜ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਵਿਅਕਤੀ ਦਾ ਜਿਹੜਾ ਉਹ ਪਹਿਲਾਂ ਹੱਥ ਵੱਡੇ ਗਿਆ ਫਿਰ ਲੱਤ ਵੱਡੀ ਫਿਰ ਉਸ ਨੂੰ ਮੌਤੇ ਦੇ ਘਾਟ ਉਤਾਰਿਆ ਗਿਆ ਨਿੰਗ ਸਿੰਘਾਂ ਦਾ ਕਹਿਣਾ ਹੈ ਕਿ ਉਹ ਵਿਅਕਤੀ ਉੱਥੇ ਜਿਹੜਾ ਉਹ ਵੈਦ ਵੀ ਕਰਨ ਆਇਆ ਸੀਗਾ ਜੀ ਦੇਖੋ ਜੀ ਗੱਲ ਇਹ ਹੈ ਕਿ ਇਹਦੇ ਵਿੱਚ ਜਾਂਚ ਹੋਵੇਗੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਹੋਇਆ ਹੈ ਜੀ ਨਿੰਗ ਸਿੰਘਾਂ ਦਾ ਆਪਣਾ ਤਰਕ ਹੈ ਜੀ ਦੂਸਰੇ ਪਾਸੇ ਵਾਲਿਆਂ ਦਾ ਆਪਣਾ ਤਰਕ ਹੈ ਤੀਜਾ ਉਹਦਾ ਜਿਹੜਾ ਚੀਮਾ ਪਿੰਡ ਹੈ ਤਰਨਤਾਰਨ ਦੇ ਵਿੱਚ ਉੱਥੋਂ ਦੇ ਵਾਸੀਆਂ ਦਾ ਤੇ ਉਹਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਆਪਣਾ ਤਰਕ ਹੈ ਜੀ ਉਹ ਕਹਿੰਦੇ ਵੀ ਇਹਦੇ ਤਿੰਨ ਬੱਚੀਆਂ ਸੀ ਲਖਵੀਰ ਸਿੰਘ ਉਹਦਾ ਨਾਂ ਆ ਜੀ ਇਹ ਬੰਦੇ ਨੂੰ ਕੋਈ ਲੈ ਕੇ ਗਿਆ ਹੋਵੇਗਾ ਥੋੜਾ ਜਿਹਾ ਦਿਮਾਗ ਪੱਖੋਂ ਉਸ ਕਿਸਮ ਦਾ ਸੀ ਇਹ ਕੱਲਾ ਜਾ ਨਹੀਂ ਸਕਦਾ ਪਹਿਲੀ ਗੱਲ ਦੂਜੀ ਗੱਲ ਉਹ ਕਹਿੰਦੇ ਅੱਜ ਤੱਕ ਕਦੇ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਸੀ ਗਿਆ ਇਹ ਗੱਲ ਉਹਨਾਂ ਦੇ ਪਿੰਡ ਵਾਸੀਆਂ ਵੱਲੋਂ ਹੈ ਕਿੰਨੀ ਕੁ ਸੱਚੀ ਹੈ ਕਿੰਨੀ ਕੁ ਨਹੀਂ ਇਹ ਤਾਂ ਜਦੋਂ ਪੁਲਿਸ ਜਾਂਚ ਕਰੇਗੀ ਉਸ ਤੋਂ ਬਾਅਦ ਪਤਾ ਲੱਗੇਗਾ ਜੀ ਦੂਜਾ ਵੀ ਉਹ ਨੂੰ ਕੋਈ ਨਾ ਕੋਈ ਬਰਗਲਾ ਕੇ ਬੰਦਾ ਉੱਥੇ ਲੈ ਕੇ ਗਿਆ ਉਹ ਕੱਲਾ ਜਾ ਨਹੀਂ ਸਕਦਾ ਜੀ ਇਹ ਸਾਰਾ ਆਪਣੇ ਆਪ ਦੇ ਵਿੱਚ ਜਾਂਚ ਦਾ ਵਿਸ਼ਾ ਹੈ ਇਸ ਵੇਲੇ ਜਿਹੜੀ ਘਟਨਾ ਲਖੀਮਪੁਰ ਦੇ ਵਿੱਚ ਵਾਪਰੀ ਉਸ ਤੋਂ ਬਾਅਦ ਇੱਥੇ ਵੀ ਘਟਨਾ ਵਾਪਰ ਜਾਣਾ ਜੀ ਇਹਦਾ ਮਤਲਬ ਕੋਈ ਨਾ ਕੋਈ ਬਿੱਲੀ ਰਾਹ ਕੱਟਣ ਵਾਲੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ ਜੀ ਜਿਹੜੀਆਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਘਟਨਾਵਾਂ ਅਫਰਾ ਤਫਰੀ ਵਾਲੇ ਪਾਸੇ ਪਵਾ ਕੇ ਕਿਸਾਨਾਂ ਨੂੰ ਉੱਥੋਂ ਭਜਾਉਣ ਦਾ ਯਤਨ ਕਰ ਰਹੀਆਂ ਨੇ ਕਿ ਕਿਸਾਨਾਂ ਨੂੰ ਉੱਥੋਂ ਭਜਾਇਆ ਜਾਵੇ ਕਿਉਂਕਿ ਸਾਲ ਦੇ ਲਗਭਗ ਸਮਾ ਹੋ ਗਿਆ ਜੀ 26 ਨਵੰਬਰ ਨੂੰ ਅਗਲੇ ਮਹੀਨੇ 25 ਨਵੰਬਰ ਨੂੰ ਉਹਨਾਂ ਨੂੰ 1 ਸਾਲ ਪੂਰਾ ਹੋ ਜਾਵੇਗਾ ਉੱਥੇ ਗਿਆਨ ਨੂੰ ਸੋ ਇਹਦੀ ਜਾਂਚ ਹੋ ਰਹੀ ਹੈ ਜਾਂਚ ਤੋਂ ਬਾਅਦ ਹੀ ਕੋਈ ਟਿੱਪਣੀ ਕੀਤੀ ਜਾ ਸਕਦੀ ਹੈ ਅਜ ਆਪਣੇ ਕੋਲੇ ਵੀ ਦਾ ਪੂਰਾ ਬੇਰਬਾ ਨਹੀਂ ਜੋ ਮੀਡੀਆ ਦੇ ਵਿੱਚ ਆਇਆ ਉਹਦੇ ਪਰਿਵਾਰਕ ਮੈਂਬਰਾਂ ਦਾ ਆਇਆ ਦੂਜੇ ਪਾਸੇ ਕੁਝ ਨੰਘ ਜਥੇਬੰਦੀਆਂ ਦੇ ਆਗੂ ਇਹ ਕਹਿ ਰਹੇ ਨੇ ਕਿ ਇਹ ਨੇ ਬੇਅਦਬੀ ਕੀਤੀ ਹੈ ਕੀਤੀ ਹੈ ਨਹੀਂ ਕੀਤੀ ਹੈ ਜੇ ਕੀਤੀ ਹੈ ਤਾਂ ਉਹਨਾਂ ਕੋਲੇ ਸਬੂਤ ਹੋਣਗੇ ਉਹ ਸਬੂਤ ਪੇਸ਼ ਕਰਨ ਜਾਂ ਲੋਕ ਕਚਹਿਰੀ ਚ ਰੱਖ ਦੇਣ ਜਾਂ ਜਦੋਂ ਪੁਲਿਸ ਉਹਨਾਂ ਨੂੰ ਬੁਲਾਵੇ ਉਹਨਾਂ ਕੋਲੇ ਜਦੋਂ ਤੱਕ ਇਹਦੀ ਮੁਕੰਮਲ ਜਾਂਚ ਹੋ ਕੇ ਪੂਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਨਹੀਂ ਆਉਂਦਾ ਅਸੀਂ ਕਿਸੇ ਦੇ ਹੱਕ 'ਚ ਜਾਂ ਕਿਸੇ ਦੇ ਵਿਰੋਧ 'ਚ ਕੋਈ ਟਿੱਪਣੀ ਨਹੀਂ ਕਰ ਸਕਦੇ ਜੋ ਵਾਪਰਿਆ ਇਹ ਮੰਦ ਭੱਗਾ ਵਾਪਰਿਆ ਨਹੀਂ ਵਾਪਰਨਾ ਚਾਹੀਦਾ ਸੀ ਜੇ ਪਹਿਲੀ ਗੱਲ ਉਹ ਕਹਿੰਦੇ ਵੀ ਉਹ ਕੁਝ ਦਿਨ ਪਹਿਲਾਂ ਹੀ ਗਿਆ ਜੀ ਉਹਨੂੰ ਲੈ ਕੇ ਕੌਣ ਗਿਆ ਜੀ ਇਹ ਸਾਰੇ ਦਾ ਸਾਰਾ ਜਾਂਚ ਦਾ ਵਿਸ਼ਾ ਹੈਗਾ ਕਿਵੇਂ ਉਹਨੂੰ ਲਜਾਇਆ ਗਿਆ ਜਿਹੜੇ ਬੰਦੇ ਇਹ ਕਹਿੰਦੇ ਨੇ ਕਿ ਉਹ ਤਾਂ ਕਦੇ ਗੁਰੂ ਘਰ ਜਾਂਦਾ ਹੀ ਨਹੀਂ ਸੀ ਜੀ ਤਾਂ ਉਹ ਕੱਲਾ ਉੱਥੇ ਜਾ ਨਹੀਂ ਸਕਦਾ ਇਹਦਾ ਮਤਲਬ ਕੋਈ ਨਾ ਕੋਈ ਇਹਦੇ ਪਿੱਛੇ ਸ਼ਕਤੀ ਕੰਮ ਕਰ ਰਹੀ ਹੈ ਜਿਹਨੂੰ ਇਹ ਨਹੀਂ ਭੌਂਦਾ ਕਿ ਕਿਸਾਨਾਂ ਦੀ ਸਫਲਤਾ ਹੋਵੇ ਠੀਕ ਕਿਸਾਨ ਸ਼ਾਂਤਮਈ ਰਹਿਣ ਦੀ ਗੱਲ ਕਰ ਰਹੇ ਨੇ ਪਰ ਅਜੇ ਵੀ ਕਈ ਜਿਹੜੀਆਂ ਸ਼ਕਤੀਆਂ ਨੇ ਉਹ ਗਰਮ ਨਾਰੇ ਦਬਾ ਕੇ ਇਹਦਾ ਰੁਖ ਮੋੜਨ ਦਾ ਜੱਥੇ ਮ ਕਰ ਸਕਦੇ ਨਹੀਂ ਇਹਦੇ ਤੋਂ ਬਚਣਾ ਚਾਹੀਦਾ ਜਿੰਨਾ ਸ਼ਾਂਤੀਪੂਰਵਕ ਚੱਲਾਂਗੇ ਉਨਾ ਹੀ ਸਭ ਤੋਂ ਵਧੀਆ ਹੈ ਉਸ ਵੇਲੇ ਵੀ ਤੁਸੀਂ ਦੇਖਿਆ ਹੋਣਾ ਜਦੋਂ 26 ਨਵੰਬਰ ਦੀ ਘਟਨਾ ਵਾਪਰਦੀ ਹੈ ਤਾਂ ਕੁਝ ਏਜੰਸੀਆਂ ਵਾਲੇ ਸਿੱਖ ਭੇਸ ਦੇ ਵਿੱਚ ਜੀ ਜਿਹੜਾ ਕੋਡ ਵੱਡ ਸੀ ਜੀ ਉਹ ਬੋਲਦੇ ਨਜ਼ਰ ਆਏ ਸੀ ਸਾਬ ਪਤਾ ਲੱਗ ਰਿਹਾ ਸੀ ਉਹ ਕਿਸ ਨਾ ਕਿਸੇ ਦੇ ਭੇਜੇ ਹੋਏ ਨੇ ਜੀ ਸੋ ਇਹਦੇ ਤੇ ਬਚਣਾ ਚਾਹੀਦਾ ਕਿਸਾਨ ਅਜਾ ਸੰਯੁਕਤ ਕਿਸਾਨ ਮੋਰਚਾ ਉਹਨੂੰ ਵੀ ਪਤਾ ਲੱਗਿਆ ਕਿ ਉਹਨਾਂ ਨੇ ਕੋਈ ਮੀਟਿੰਗ ਸੱਦੀ ਹੈ ਮੀਟਿੰਗ ਸੱਦਨ ਤੋਂ ਬਾਅਦ ਕੀ ਫੈਸਲਾ ਹੁੰਦਾ ਹੈ ਇਹ ਉਹ ਅਗਲੇ ਦਿਨਾਂ ਦੇ ਵਿੱਚ ਕਲੀਅਰ ਕਰਨਗੇ ਪਰ ਜਿਹੜਾ ਵੀ ਕੁਛ ਇਹ ਵਾਪਰਿਆ ਇਹ ਮੰਦ ਭਾਗਾ ਇਸ ਤਰ੍ਹਾਂ ਦਾ ਤੋਂ ਚੌਕਸੀ ਦੀ ਬਹੁਤ ਸਖਤ ਜ਼ਰੂਰਤ ਹੈ ਜੀ ਟਿਲਰ ਸਾਹਿਬ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਕਿਸਾਨ ਸੰਯੁਕਤ ਮੋਰਚਾ ਦਾ ਵੀ ਸਾਡਾ ਇਹਦੇ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ ਕਹਿੰਦੇ ਉੱਪ ਠੀਕ ਹੈ ਉਹਨੇ ਆਪਣਾ ਤਰਕ ਦੇ ਦਿੱਤਾ ਜੀ ਆਪਣਾ ਪੱਖ ਦੇ ਦਿੱਤਾ ਵੀ ਸਾਡਾ ਇਹਦੇ ਨਾਲ ਕੋਈ ਤਾਲੁਕਤ ਨਹੀਂ ਹੁਣ ਪੁਲਿਸ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿਹੜਾ ਵੀ ਵਿਅਕਤੀ ਇਹਦੇ ਪਿੱਛੇ ਹੈ ਉਹ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ ਭਾਵੇਂ ਕੋਈ ਵੀ ਹੈ ਉਥੇ ਜਿਹੜੇ ਪਿੰਡ ਵਾਲੇ ਨੇ ਉਹ ਆਪਣਾ ਤਰਕ ਦੇ ਦੇਣਗੇ ਤੇ ਜਿਹੜੇ ਨੰਗੇ ਜੱਥੇ ਬੰਦੀਆਂ ਦੇ ਕੁਝ ਕਾਰਕੁਨ ਨੇ ਉਹਨਾਂ ਨੂੰ ਵੀ ਆਪਣਾ ਪੱਖ ਉਥੇ ਰੱਖਣਾ ਹੋਵੇਗਾ ਕਿ ਉਹਨਾਂ ਦੇ ਕੋਲੇ ਕੀ ਸਬੂਤ ਨੇ ਕਿ ਇਹਨੇ ਜਿਹੜੀ ਆ ਉਹ ਜਾਂਚ ਪ੍ਰਾਪਤ ਬੇਅਦਬੀ ਕੀਤੀ ਹੈ ਇਹ ਜਾਂਚ ਦਾ ਵਿਸ਼ਾ ਉਸ ਤੋਂ ਪਹਿਲਾਂ ਇਹਦੇ ਤੇ ਕੋਈ ਆਪਾਂ ਹੋਰ ਟਿੱਪਣੀ ਨਹੀਂ ਕਰ ਸਕਦੇ ਜੀ ਇਸ ਤੋਂ ਲਾਗੇ ਅਗਰ ਗੱਲ ਕੀਤੀ ਜਾਵੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫੇਸਬੁੱਕ ਦੇ ਉੱਤੇ ਇੱਕ ਉਹਨਾਂ ਨੂੰ ਜਾਤੀਵਾਦੀ ਜਿਹੜਾ ਸ਼ਬਦ ਬੋਲਿਆ ਗਿਆ ਸੀਗਾ ਉਸ ਨੂੰ ਲੈ ਕੇ ਇੱਕ ਜਾਂਚ ਸ਼ੁਰੂ ਕਰਵਾਈ ਹੈ ਜੀ ਇਹ ਜਿਹੜਾ ਅਨਸੂਚਿਤ ਜਾਤੀ ਕਮਿਸ਼ਨ ਹੈ ਜੀ ਉਹਨੇ ਇਹਦਾ ਸੂਵ ਮੋਟਰਸ ਨੋਟਸ ਲੈ ਕੇ ਆਪਣੇ ਤੌਰ ਤੇ ਇਹਦੇ ਵਿੱਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਜੀ ਪਤਾ ਲੱਗਿਆ ਕਿ ਜਿਹੜੇ ਇਹ AIG ਨੇ ਬਲਰਾਜ ਸਿੰਘ ਜੀ ਨਿਰਦੇਸ਼ਿਕ ਜਾਂਚ ਡਾਇਰੈਕਟਰ ਦੇ ਉਹਨਾਂ ਨੂੰ ਭੇਜਿਆ ਹੈਗਾ ਜੀ ਇਹਦੇ ਵਿੱਚ ਉਹਨਾਂ ਦੇ ਇੱਕ ਮੈਂਬਰ ਨੇ ਕਮਿਸ਼ਨ ਦੇ ਗਿਆਨ ਚੰਦ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਕੋਲੇ ਜਦੋਂ ਉਹਨਾਂ ਨੇ ਇਹ ਨੋਟਿਸ ਲਿਆ ਸੀ ਤਾਂ ਸਬੰਧਤ ਤਰ੍ਹਾਂ ਨੂੰ ਨੋਟਿਸ ਭੇਜੇ ਤਾਂ ਜਿਹੜਾ ਨਿਰਦੇਸ਼ਕ ਜਾਂਚ ਇੱਕ ਸੈੱਲ ਹੈਗਾ ਉਹਦੇ ਏਆਈਜੀ ਨੇ ਬਲਵਤ ਸਿੰਘ ਉਹਨਾਂ ਨੇ ਆ ਕੇ ਪੁਲਿਸ ਨੂੰ ਦੱਸਿਆ ਕਿ ਜਾਬਤਾ ਫੌਜਦਾਰੀ ਦੀ ਧਾਰਾ 153 ਅਤੇ ਇਹ ਅਤੇ ਅਨਸੂਚਿਤ ਜਾਤੀ ਅਨਸੂਚਿਤ ਟ్రਾਈਬ ਅਨਸੂਚਿਤ ਕਬੀਲੇ ਜੀ ਕਾਨੂੰਨ ਦੇ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਇਹਦੇ ਵਿੱਚ ਜਾਂਚ ਉਪਰੰਤ ਉਹਨਾਂ ਨੂੰ 1 ਮਹੀਨੇ ਦਾ ਸਮਾਂ ਦਿੱਤਾ ਹੈਗਾ ਜਾਂਚ ਏਜੰਸੀ ਨੂੰ ਕਿ 1 ਮਹੀਨੇ ਦੇ ਵਿੱਚ ਜਾਂਚ ਮੁਕੰਮਲ ਕਰਕੇ ਉਹਨਾਂ ਦੇ ਕੋਲੇ ਲੈ ਕੇ ਆਓ ਜੀ ਕਿਸ ਨੇ ਇਹ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਕਿ ਦੀ ਇਸ ਫੇਸਬੁੱਕ ਤੋਂ ਆਇਆ ਉਹਦੇ ਵਿਰੁੱਧ ਬਕਾਇਦਾ ਬੰਦੀ ਕਾਰਵਾਈ ਹਰ ਹਾਲਤ 'ਚ ਕੀਤੀ ਜਾਵੇ ਹੁਣ ਦਿਖਣਾ ਹੋਵੇਗਾ ਕਿ ਜਦੋਂ 1 ਮਹੀਨੇ ਤੋਂ ਬਾਅਦ ਜਾਂਚ ਅਧਿਕਾਰੀ ਉਹਨਾਂ ਨੇ ਕਿਹਾ ਵੀ ਸੈਕਟਰ ਜਿਹੜੀ ਫੇਸ 4 ਮਹਾਲੀ ਹੈ ਉਹ ਸਾਈਬਰ ਕ੍ਰਾਈਮ ਦਾ ਜਿਹੜਾ ਦਫਤਰ ਹੈਗਾ ਉੱਥੇ ਇਹਦਾ ਪਰਚਾ ਦਰਜ ਕਰ ਲਿਆ ਗਿਆ ਹੁਣ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਕਿਸ ਨੇ ਇਹ ਫੇਸਬੁੱਕ ਤੇ ਪਾਈ ਇਹਦੇ ਪਿੱਛੇ ਕੌਣ ਹੈ ਉਹਨਾਂ ਦੀ ਮਨਸ਼ਾ ਕੀ ਸੀ ਪਰ ਸਾਡੇ ਇੱਥੇ ਪਤਾ ਨਹੀਂ ਕਿਉਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਅਸੀਂ ਨਿਕਲ ਨਹੀਂ ਸਕੇ ਜੀ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਇੰਨਾ ਚਿਰ ਇਸ ਮਸਲੇ ਦੇ ਉੱਤੇ ਲੋਕਾਂ ਨੂੰ ਸੇਧ ਦਿੰਦੇ ਰਹੇ ਕਿ ਉਹ ਇਹ ਜਾਣ ਦਿਓ ਮਾਨਸਕੀ ਜਾਤ ਸਭ ਇੱਕ ਹੈ ਪਹਿਚਾਣ ਬੋ ਜੀ ਜੇ ਤੁਸੀਂ ਬੰਦੇ ਦਾ ਜਨਮ ਹੋਣ ਤੋਂ ਬਾਅਦ ਪੰਜ ਚਾਰ ਬੱਚੇ ਇਕੱਠੇ ਰੱਖ ਲਓ ਵੱਖਰੇ ਵੱਖਰੇ ਧਰਮਾਂ ਬੱਕਰੀਆਂ ਬੱਕਰੀਆਂ ਜਾਤਾਂ ਦੇ 25 30 ਸਾਲ ਤੋਂ ਬਾਅਦ ਤੁਸੀਂ ਨਹੀਂ ਪਛਾਣ ਸਕਦੇ ਵੀ ਤੁਹਾਡਾ ਕੌਣ ਹੈ ਜੀ ਸਾਰਿਆਂ ਦਾ ਰੰਗ ਲਾਲ ਹੈ ਖੂਨ ਦਾ ਸਾਰਿਆਂ ਦੇ ਵਿੱਚ ਉਸੇ ਤਰ੍ਹਾਂ ਦੀ ਪ੍ਰਕਿਰਿਆ ਜੋ ਦੂਜੇ ਦੇ ਵਿੱਚ ਆ ਫਿਰ ਇਹ ਭੇਦਭਾਵ ਇਹ ਸਾਡੇ ਰਾਸ਼ੀਤ ਛੱਤਰ ਲੋਕਾਂ ਨੇ ਉਦੋਂ ਵੀ ਇਹਨਾਂ ਨੇ ਪਾਏ ਸੀ ਤੇ ਹੁਣ ਵੀ ਇਹਨਾਂ ਦੇ ਪਾਏ ਹੋਏ ਨੇ ਲਗਾਤਾਰ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਉਲਝਾਇਆ ਜਾ ਰਿਹਾ ਹੈਗਾ ਸੋ ਇਹਦੇ ਤੋਂ ਬਚਣਾ ਚਾਹੀਦਾ ਚੰਗਾ ਤਾਂ ਇਹ ਹੈ ਕਿ ਇਹਨੂੰ ਛੱਡ ਕੇ ਅਸੀਂ ਆਪਣੇ ਮੁਲਕ ਨੂੰ ਅੱਗੇ ਕਿਵੇਂ ਲੈ ਜਾ ਸਕਦੇ ਹਾਂ ਅਸੀਂ ਆਪਣੇ ਮੁਲਕ ਦੇ ਵਿੱਚੋਂ ਗਰੀਬੀ ਕਿਵੇਂ ਦੂਰ ਕਰਨੀ ਹੈ ਬੇਰੁਜ਼ਗਾਰੀ ਕਿਵੇਂ ਦੂਰ ਕਰਨੀ ਹੈ ਭੇਦਭਾਵ ਕਿਵੇਂ ਦੂਰ ਕਰਨਾ ਹੈ ਉਹਨੂੰ ਛੱਡ ਕੇ ਇਨਾਂ ਦੇ ਵਿੱਚ ਹੀ ਉਲਝਾ ਕੇ ਰੱਖਣਾ ਚਾਹੁੰਦੇ ਆ ਤਾਂ ਕਿ ਇੱਥੇ ਅਮੀਰ ਗਰੀਬ ਦਾ ਪਾੜਾ ਵੱਧਦਾ ਜਾ ਸਕੇ ਤੇ ਵੱਧਦਾ ਜਾ ਰਿਹਾ ਹੈ ਔਰ ਸਾਡੇ ਰਾਸੀ ਲੋਕ ਵੀ ਸਾਰਾ ਕੁਝ ਘੁੰਮ ਘਮਾ ਕੇ ਇੱਥੇ ਤੱਕ ਰਹੀ ਲੋਕਾਂ ਨੂੰ ਸੀਮਿਤ ਕਰ ਰਹੇ ਨੇ ਜਿਹੜਾ ਲੋੜ ਕੀ ਅੱਜ ਸਿੱਖਿਆ ਦਿਓ ਸਿਹਤ ਸਹੂਲਤਾਂ ਸੁਧਾਰੋ ਆ ਜਿਹੜੀ ਲਗਾਤਾਰ ਆਬਾਦੀ ਵਧੀ ਇਹਨੂੰ ਅਸੀਂ ਰੋਕਿਆ ਨਹੀਂ ਜੀ ਇਹਦੇ ਤੇ ਕੰਮ ਪਹਿਰਾ ਦੇਣ ਦੀ ਜ਼ਰੂਰਤ ਹੈ ਜਿਹੜਾ ਨਹੀਂ ਦਿੱਤਾ ਗਿਆ ਜੀ ਸਿੰਘੂ ਬਾਰਡਰ ਤੇ ਹੋਈ ਘਟਨਾ ਤੋਂ ਬਾਅਦ ਵਿਜਪੀ ਲੀਡਰਾਂ ਦੇ ਬਿਆਨ ਆਉਣੇ ਲਗਾਤਾਰ ਸ਼ੁਰੂ ਹੋ ਗਏ ਨੇ ਕਿਹਾ ਜਾ ਰਿਹਾ ਹੈ ਕਿ ਉੱਥੇ ਜਿਹੜੀ ਫੋਰਸ ਆ ਉਹ ਵੀ ਵੱਧ ਲਗਾਈ ਜਾਵੇ ਇਹ ਅਜੇ ਬਿਆਨ ਆਉਣੇ ਸ਼ੁਰੂ ਹੋ ਕੇ ਨਹੀਂ ਦੇਖੋ ਉਹਨਾਂ ਨੇ ਤਾਂ ਕਹਿਣਾਗਾ ਜੀ ਉਹਨਾਂ ਨੇ ਤਾਂ ਜਦੋਂ ਲਖੀਮਪੁਰ ਹੋਇਆ ਉੱਥੇ ਮੰਤਰੀ ਪਹਿਲਾਂ ਕਹਿ ਰਿਹਾ ਸੀ ਕਿ ਦੋ ਦਿਨਾਂ ਚ ਮੈਂ ਸਾਰਾ ਕੁਝ ਚੁਕਾ ਦੇਵਾਂਗਾ ਇਹ ਕਈ ਦਿਨਾਂ ਤੋਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਕਿ ਦਿੱਲੀ ਦੇ ਬਾਰਡਰਾਂ ਤੋਂ ਕਿਸਾਨਾਂ ਨੂੰ ਹਟਾਉਣ ਵਾਸਤੇ ਕੋਈ ਨਾ ਕੋਈ ਪਟਕਥਾ ਕੋਈ ਨਾ ਕੋਈ ਨਵੀਂ ਬਯੌਤ ਗੁੰਦੀ ਜਾ ਰਹੀ ਹੈ ਜਿਹਦੇ ਤੇ ਅਗਲੇ ਦਿਨਾਂ ਦੇ ਵਿੱਚ ਹੋ ਸਕਦਾ ਇਹਨਾਂ ਤੇ ਸਖਤੀ ਵੀ ਕੀਤੀ ਕਰਨੀ ਪੈਗੀ ਸਖਤੀ ਕੀਤੀ ਜਾਵੇ ਇਹਦੇ ਤੋਂ ਬਚਣ ਦੀ ਜ਼ਰੂਰਤ ਹੈ ਇਹ ਭਾਰਤੀ ਜਨਤਾ ਪਾਰਟੀ ਵਾਲਿਆ ਨੇਤਾ ਜਿਹੀ ਜੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ ਜਿਹਾ ਜਿਹਾ ਗ੍ਰਹਿ ਤੇ ਪ੍ਰਧਾਨ ਮੰਤਰੀ ਉਹੋ ਜਿਹਾਂ ਨੇ ਬਾਕੀ ਆਵਾਜ਼ਾਂ ਕੱਢਣੀਆਂ ਨੇ ਆ ਜਿਹੜੇ ਪੰਜਾਬ ਵਾਲੇ ਨੇ ਉਹ ਵੀ ਤਾਂ ਉਹੀ ਆਵਾਜ਼ਾਂ ਕੱਢ-ਕੱਢ ਕੇ ਬਾਰ-ਬਾਰ ਬਖਰੇ ਰਾਗ ਆਲਾਪਦੇ ਨੇ ਜਿਹੜਾ ਕਿ ਨਹੀਂ ਬਿਹਤਰ ਤਰੀਕਾ ਤਾਂ ਇਹ ਆ ਵੀ ਕਿਸੇ ਨੇ ਸੁਰਦਤਾ ਦੇ ਨਾਲ ਇਹਨੂੰ ਸਿਰੇ ਲਾਉਣ ਦਾ ਇਹ 파ੜੇ ਨੂੰ ਖਤਮ ਕਰਕੇ ਕਿਸਾਨਾਂ ਦੇ ਨਾਲ ਗੱਲਬਾਤ ਤੋਂ ਬਾਅਦ 21 ਜਨਵਰੀ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਈ ਜੀ ਜਿਵੇਂ ਇਹ ਲੋਕ ਇਸ ਦੇਸ਼ ਦਾ ਹਿੱਸਾ ਹੀ ਨਾ ਹੋਣ ਇਹ ਤਾਂ ਪਾਕਿਸਤਾਨ ਜਾਂ ਅਫਗਾਨਿਸਤਾਨ ਦਾ ਹਿੱਸਾ ਹੋਣ ਇਸ ਤਰ੍ਹਾਂ ਦੀ ਵਰਤਾਰਾ ਕੀਤਾ ਜਾ ਰਿਹਾ ਜਿਹੜਾ ਮੰਦਭਗ ਹੈ ਜੀ ਇਸ ਤਰ੍ਹਾਂ ਵਜ੍ਹਾ ਕਰ ਗੱਲ ਕੀਤੀ ਆਵੇ ਆਰਐਸਐਸ ਦੀ ਤਾਂ ਅੱਜ ਦੁਸ਼ਹਿਰੇ ਦੇ ਦਿਹਾੜੇ ਵਾਲੇ ਦਿਨ ਮੌਕੇ ਤਾਂ ਉਹਨਾਂ ਨੇ ਜਿਹੜਾ ਪਰੇਡ ਕਰਨ ਤੋਂ ਇਨਕਾਰ ਕਰ ਦਿੱਤਾ ਕਿਸਾਨੀ ਅੰਦੋਲਨ ਕਰਕੇ ਜੀ ਦੇਖੋ ਇਹ ਜਿਹੜਾ ਹੈਗਾ ਹਰ ਸਾਲ ਜਦੋਂ ਦੁਸ਼ਹਿਰਾ ਹੁੰਦਾ ਹੈ ਇਹ ਬਕਾਇਦਾ ਨਿਕਰਾਂ ਪਾ ਕੇ ਤੇ ਹਥਿਆਰ ਚੱਕ ਕੇ ਪਰੇਡ ਕਰਦੇ ਹੁੰਦੇ ਆ ਇਹਨਾਂ ਨੇ ਕਿਹਾ ਕਿ ਅਸੀਂ ਅੱਜ ਇਹ ਪਰੇਡ ਨਹੀਂ ਕਰਾਂਗੇ ਕਿਸਾਨ ਅੰਦੋਲਨ ਦਾ ਨਾਲ ਕੁਝ ਵੀ ਕਹਿ ਲੋ ਜਿਵੇਂ ਕਿਸਾਨਾਂ ਨੇ ਪਹਿਲਾਂ ਕਿਹਾ ਸੀ ਕਿ ਅਸੀਂ 15 ਅਕਤੂਬਰ ਵਾਲੇ ਦਿਨ ਦਸਹਿਰੇ ਦੇ ਮੌਕੇ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਯੋਗੀ ਜਾਂ ਹੋਰਾਂ ਦੇ ਪੁਤਲੇ ਸਾੜਾਂਗੇ ਇਹਦੇ ਵਿੱਚ ਮਤਲਬ ਧਾਰਮਿਕ ਤੌਰ ਤੇ ਇੱਕ ਵਖਰੇਵਾ ਆਇਆ ਤਾਂ ਕੁਝ ਲੋਕਾਂ ਨੇ ਇਹਨੂੰ ਧਾਰਮਿਕ ਰੰਗਤ ਦੇਣ ਦਾ ਯਤਨ ਕੀਤਾ ਗਿਆ ਉਸ ਤੋਂ ਬਾਅਦ ਸਜੁਗਤ ਕਿਸਾਨ ਮੋਰਚੇ ਨੇ ਐਲਾਨ ਕਰਤਾ ਕਿ ਅਸੀਂ ਬਿਲਕੁਲ ਦਸਾਰੇ ਵਾਲ ਦਿਨ ਅਜਿਹਾ ਕੰਮ ਨਹੀਂ ਕਰਾਂਗੇ ਜਿਹਦੇ ਨਾਲ ਫਿਰਕਿਆਂ ਦੇ ਵਿੱਚ 파ੜਾ ਪੈਂਦਾ ਹੋਵੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੇ ਅਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਦੇ ਅਸੀਂ ਕੱਲ ਭਲਕੇ 16 ਅਕਤੂਬਰ ਨੂੰ ਇਹ ਜਿਹੜੇ ਪੁਤਲੇ ਆ ਇਹਨਾਂ ਦੇ ਉਹ ਫੂਕਾਂਗੇ ਹਰ ਹਾਲਤ ਦੇ ਵਿੱਚ ਫੂਕਾਂਗੇ ਜੇ ਉਹਨਾਂ ਨੇ ਕਦਮ ਲੈ ਲਿਆ ਤਾਂ ਜੇ ਇਹਨਾਂ ਨੇ ਵੀ ਇਹ ਕਦਮ ਇਹ ਕਹਿ ਕੇ ਲਿਆ ਕਿ ਅਸੀਂ ਕਿਸਾਨੀ ਕਰਕੇ ਨਹੀਂ ਕੀਤਾ ਜਾ ਰਿਹਾ ਹੈ ਲੰਬੇ ਸਮੇਂ ਤੋਂ ਬਾਅਦ ਇਹ ਪਹਿਲਾ ਦਸਹਿਰਾ ਹੋਵੇਗਾ ਜਦੋਂ ਇਹਨਾਂ ਦੇ ਜਿਹੜੇ ਕਾਰਕੁੰਨੇ ਨਿਕਰਾਂ ਪਾ ਕੇ ਹਥਿਆਰ ਚੱਕ ਕੇ ਉਹ ਨਹੀਂ ਕਰਨਗੇ ਪਰੇੜ ਅਭਦੀ ਜੀ ਉਧਰ ਬੀਐਸਐਫ ਨੂੰ ਕੇਂਦਰ ਸਰਕਾਰ ਨੇ ਜਿਹੜਾ ਅਧਿਕਾਰ ਵੱਧ ਦੇ ਦਿੱਤਾ ਜਿਹੜਾ 15 ਕਿਲੋਮੀਟਰ ਦਾ ਸੀ ਹੁਣ 50 ਕਿਲੋਮੀਟਰ ਦਾ ਦੇ ਦਿੱਤਾ ਜਿਸ ਨੂੰ ਲੈ ਕੇ ਲਗਾਤਾਰ ਜਿਹੜੇ ਸਿਆਸੀ ਆਗੂ ਨੇ ਉਹ ਵੀ ਟਿੱਪਣੀ ਕਰਦੇ ਨੇ ਤੇ ਉੱਥੇ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਵਨੇਂਦਰ ਸਿੰਘ ਤੇ ਰਣਦੀਪ ਸਿੰਘ ਸੁਰਜੇਵਾਲਾ ਆਫਿਸ ਦੇ ਵਿੱਚ ਖੇਬੜਦੇ ਹੋਏ ਨਜ਼ਰ ਆਏ ਜੀ ਦੇਖੋ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੀ ਕੁਰਸੀ ਛੱਡੀ ਹੈ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਪ੍ਰਚਾਰ ਚਰਚਾ ਜਾ ਰਹੀ ਹੈ ਕਿ ਉਹ ਵੱਧ ਤੋਂ ਵੱਧ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨਾਲ ਉਹਨਾਂ ਦੀਆਂ ਮੀਟਿੰਗਾਂ ਦਾ ਸਿਲਸਲਾ ਵੱਧ ਗਿਆ ਹੈਗਾ ਇਹ ਜਦੋਂ ਘਟਰਾ ਵਾਪਰੀ ਕਿ 50 ਕਿਲੋਮੀਟਰ ਹੋਣੀ ਚਾਹੀਦੀ ਸੀ ਤਾਂ ਰਣਦੀਪ ਸੁਰਜੀਏ ਵਾਲਾ ਨੇ ਇੱਕ ਟਵੀਟ ਕੀਤਾ ਵੀ ਮੁੱਖ ਮੰਤਰੀ ਸਾਹਿਬ ਜਦੋਂ ਤੁਸੀਂ ਮੁੱਖ ਮੰਤਰੀ ਸੀ ਅੱਜ ਕੱਲ ਤਾਂ ਹੈ ਨਹੀਂ ਸਾਬਕਾ ਨਹੀਂ ਜੀ ਕਿ ਉਦੋਂ ਫਿਰ ਤੁਸੀਂ ਚਿੱਠੀ ਕਿਉਂ ਨਾ ਲਿਖੀ ਵੀ 50 ਕਿਲੋਮੀਟਰ ਕੀਤਾ ਜਾਵੇ ਜੀ ਉਹਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਵੀ ਚਲੋ ਪੰਜਾਬ ਦੇ ਵਿੱਚ ਤਾਂ ਮੈਂ ਆਂ ਜੀ ਅਸਾਮ ਤੇ ਬੰਗਾਲ ਦੇ ਵਿੱਚ ਕਿਉਂ ਇਹ ਫੈਸਲਾ ਉਹ ਵੀ ਕਿ ਮੇਰੇ ਕਹਿਣ ਤੇ ਲਿਆ ਹੈਗਾ ਇਹ ਜਿਹੜੀ ਕਿਉਂਕਿ ਅੱਜ ਕੱਲ ਅਮਰਿੰਦਰ ਸਿੰਘ ਦੇ ਸੁਰ ਕਾਂਗਰਸ ਪ੍ਰਤੀ ਹੋਰ ਕਿਸਮ ਦੇ ਨੇ ਇਸ ਕਰਕੇ ਜਿਹੜਾ ਰਣਦੀਪ ਸੁਰਜੀਏ ਵਾਲਾ ਤੇ ਇਹਨਾਂ ਦੇ ਵਿੱਚ ਜਿਹੜਾ ਇਹ ਟਵੀਟੋ ਟਵੀਟੀ ਹੋ ਗਿਆ ਨਾ ਜੀ ਇਹ ਟਵੀਟੋ ਟਵੀਟੀ ਕੋਈ ਹੋਰ ਮਾੜਾ ਰੰਗ ਨਾ ਕੱਢ ਦੇਵੇ ਇਹਦੇ ਤੋਂ ਬਚਣ ਦੀ ਜ਼ਰੂਰਤ ਹੈ ਜਿਵੇਂ ਜਿਵੇਂ ਕੋਈ ਪਾਰਟੀ ਦਾ ਆਗੂ ਹੋਵੇ ਜੀ ਜਿੱਦਨ ਤੱਕ ਤਾਂ ਉਹ ਵਿੱਚ ਹੈ ਉਦੋਂ ਤੱਕ ਤਾਂ ਉਹ ਪੂਰਾ ਇਕੱਠਾ ਹੈ ਸਾਰਾ ਕੁਝ ਸਾਡਾ ਹੈ ਜਿੱਦਨ ਮਾੜਾ ਜਾਂ ਪਾਸਾ ਵੱਟ ਕੇ ਦੂਜੇ ਪਾਸੇ ਚਲ ਜਾਂਦਾ ਉਦੋਂ ਹੀ ਉਹ ਇੱਕ ਤਰ੍ਹਾਂ ਦਾ ਗद्दार ਉਹਨੂੰ ਗਦਾਰ ਦੀਆਂ ਨਜ਼ਰਾਂ ਨਾਲ ਦੇਖਿਆ ਜਾਣਾ ਜਾਂਦਾ ਹੈਗਾ ਜੀ ਰਾਸੀ ਆਗੂਆਂ ਨੂੰ ਕੁਝ ਐਸ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਚਾਹੀਦੀ ਹੈ ਕੱਲੂ ਤੁਸੀਂ ਕਿਤੇ ਫੇਰ ਨਾ ਇਕੱਠੇ ਹੋ ਜਾਵੋ ਉਸ ਵੇਲੇ ਫਿਰ ਅੱਖਾਂ ਸ਼ਰਮਾਉਣ ਵਾਲੀ ਗੱਲ ਹੁੰਦੀ ਹੈ ਇਹਨਾਂ ਕੁ ਵਿਰੋਧਤਾ ਕਰਨੀ ਚਾਹੀਦੀ ਹੈ ਜਾਂ ਇੱਕ ਦੂਜੇ ਦੇ ਪ੍ਰਤੀ ਇੱਕ ਦੈਰੇ 'ਚ ਰਹਿ ਕੇ ਇੱਕ ਸੀਮਾ ਤੱਕ ਕਰਨੀ ਚਾਹੀਦੀ ਹੈ ਕੱਲੂ ਫਿਰ ਬੰਦੇ ਨੂੰ ਨਾ ਮਤਲਬ ਪਛਤਾਉਣਾ ਤੇ ਸ਼ਰਮਾਉਣਾ ਬਹੁਤ ਪੈਂਦਾ ਜੇ ਕਿਤੇ ਦੁਬਾਰਾ ਇਕੱਠੇ ਹੋਣਾ ਪਹਿ ਜਾਵੇ ਪਰ ਇਹਨਾਂ ਰਾਸੀ ਆਗੂਆਂ ਦੇ ਜਿਹੜੀਆਂ ਮੁੱਠੀਆਂ ਚਮੜੀਆਂ ਨੇ ਉਹਨਾਂ ਦੇ ਉੱਤੇ ਇਹਦਾ ਅਸਰ ਘੱਟ ਹੀ ਦਿਖਾਈ ਦਿੰਦਾ ਹੈ ਇੱਕ ਦੂਜੇ ਦੇ ਪ੍ਰਤੀ ਕਿ ਮੈਂ ਤੇਰੇ ਪ੍ਰਤੀ ਬਹੁਤ ਸਹਿਰਦਾਂ ਉਹ ਚੀਜ਼ਾਂ ਜ਼ਿਆਦਾ ਜਿਹੜੀਆਂ ਨੇ ਉਹ ਅੱਗੇ ਲਿਆਂਦੀਆਂ ਜਾ ਰਹੀਆਂ ਨੇ ਜੀ ਇਸ ਤਰ੍ਹਾਂ ਵੇਕਰ ਗੱਲ ਕੀਤੀ ਆਵੇਂ ਨਵੇਂ ਬਣੇ ਮੁੱਖ ਮੰਤਰੀ ਚਰਨੀ ਸਿੰਘ ਚੰਨੀ ਦਾ ਕੱਲ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਮੁਲਾਕਾਤ ਕੀਤੀ ਹੈ ਤਾਂ ਉਧਰ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਦਿੱਲੀ ਪਹੁੰਚੇ ਨੇ ਉਹਨਾਂ ਨੇ ਹਾਈ ਕਮਾਂਡਰ ਨਾਲ ਮੁਲਾਕਾਤ ਕੀਤੀ ਹੈ ਹਰੀਸ਼ रावत ਨਾਲ ਮੁਲਾਕਾਤ ਕੀਤੀ ਹੈ ਤਾਂ ਦੱਸਦੀ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੋਇਆ ਹੁਣ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਆਪਣਾ ਉਹ ਕਾਰਜਕਾਰਾ ਉਹ ਲਗਾਤਾਰ ਬਰਕਰਾਰ ਰੱਖਣਗੇ ਜੀ ਦੇਖੋ ਨਵਜੋਤ ਸਿੰਘ ਸਿੱਧੂ ਦਾ ਅਸੀਂ ਕਈ ਗੱਲਾਂ ਦੇ ਵਿੱਚ ਬਹੁਤ ਲੋੜ ਤੋਂ ਵੱਧ ਛਲਾਗਾ ਕਰਦੇ ਆਂ ਜੀ ਪਰ ਐ ਘਟਨਾ ਕਰਮ ਦੇ ਵਿੱਚ ਨਵਜੋਤ ਸਿੰਘ ਸਿੱਧੂ ਆਪਣੇ ਅਹੁਦੇ ਦੀ ਮਰਿਆਦਾ ਤੇ ਉਸ ਨੂੰ ਉਸ ਤਰੀਕੇ ਨਾਲ ਨਿਭਾ ਨਹੀਂ ਸਕਿਆ ਜਿਵੇਂ ਹੋਣੀ ਚਾਹੀਦੀ ਹੈ ਜੀ ਪਹਿਲਾਂ ਤੁਸੀਂ ਅੱਡਾ ਲਾ ਕੇ ਰੱਖਿਆ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਤੁਸੀਂ ਹਟਾ ਲਿਆ ਪਾਰਟੀ ਚੋਂ ਵੀ ਉਹਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਲਿਆ ਜੀ ਤੁਸੀਂ ਜਦੋਂ ਪ੍ਰਧਾਨ ਬਣੇ ਸਿਸ਼ਟਾਚਾਰ ਇਹ ਕਹਿੰਦਾ ਹੈਗਾ ਉਹ ਫੇਰ ਵੀ ਤੁਹਾਡੇ ਨਾਲੋਂ ਉਮਰ ਦੇ ਵਿੱਚ ਬਡੇਰੇ ਨੇ ਜੀ ਜਿਵੇਂ ਉਹਨਾਂ ਨੇ ਕਿਹਾ ਕਿ ਮੇਰੇ ਇਹਨਾਂ ਦੇ ਪਿਤਾ ਜੀ ਤੋਂ ਮੇਰੇ ਮਾਤਾ ਜੀ ਦੱਸਦੇ ਹੁੰਦੇ ਸੀ ਕਿ ਸਾਡੀਆਂ ਬੜੀਆਂ ਪੁਰਾਣੀਆਂ ਸੰਝਾਂ ਨੇ ਜੀ ਪਰ ਨਵਜੋਤ ਸਿੱਧੂ ਨੇ ਪੂਰੇ ਭਾਸ਼ਣ ਦੇ ਵਿੱਚ ਜਿਵੇਂ ਸ਼ੁਰੂਆਤ ਕੀਤੀ ਠੁੱਕ ਜਾ ਲਾ ਕੇ ਜੀ ਉਹ ਲੋਕਾਂ ਨੇ ਕੋਈ ਚੰਗਾ ਨਹੀਂ ਮਹਿਸੂਸ ਕੀਤਾ ਜੀ ਸਿਸ਼ਟਾਚਾਰ ਹੁੰਦਾ ਜਦੋਂ ਪੰਜਾਬ ਭਵਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਉਣਾ ਸਵੀਕਾਰ ਕਰ ਲਿਆ ਜੀ ਇਹ ਸਿੰਘ ਸਾਹਿਬ ਉੱਥੋਂ ਭੱਜਿਆ ਜੀ ਵੀ ਮੈਂ ਤਾਂ ਧਾਰਮਿਕ ਸਥਾਨ ਤੇ ਚੱਲਿਆ ਜਾਂ ਮੱਥਾ ਟੇਕਣ ਚੱਲਿਆ ਜਾਂ ਕੀ ਕਰਨ ਚੱਲਿਆ ਜੀ ਇਹਨੂੰ ਪਤਾ ਲੱਗਿਆ ਕਿ ਪ੍ਰਿੰਕਾ ਗਾਂਧੀ ਨੇ ਸਪੈਸ਼ਲ ਫੋਨ ਕੀਤਾ ਹਰੀਸ਼ रावत ਦੇ ਕਹਿੰਦੇ ਵੀ ਕਾਕਾ ਉੱਥੇ ਜਾ ਜੀ ਉਸ ਤੋਂ ਬਾਅਦ ਜਦੋਂ ਮੁੱਖ ਮੰਤਰੀ ਦੀ ਗੱਲ ਆਈ ਜੀ ਸੁਖੀ ਰੰਧਾਵੇ ਨੂੰ ਬਣਾਉਣ ਲੱਗੇ ਉੱਥੇ ਇਹਨਾਂ ਨੇ ਕਹਿੰਦੇ ਆ ਵੀ ਲੱਤ ਪਸਾਤੀ ਜੋ ਕਹਿੰਦੀ ਹੈ ਲੋਕਾਂ ਦੇ ਵਿੱਚ ਚਰਚਾ ਆਈ ਹੈ ਕਿ ਜੀ ਇਹ ਨਹੀਂ ਤੇ ਵੀ ਸਿੱਖ ਬਣਾਉਣਾ ਮੈਨੂੰ ਬਣਾਓ ਜੀ ਇਹ ਦਰਦ ਉਹਨਾਂ ਦਾ ਉਸ ਦਿਨ ਵੀ ਨਜ਼ਰ ਆਇਆ ਜਦ ਦਿਨ ਉਹ ਯੂਪੀ ਨੂੰ ਗਿਆ ਸੀ ਵੀ ਜੇ ਭਗਵੰਤ ਸਿਉਂ ਦਾ ਮੁੰਡਾ ਬਣਿਆ ਹੁੰਦਾ ਨਾ ਮੁੱਖ ਮੰਤਰੀ ਫਿਰ ਸਕਸੈਸ ਦੇਖਦੇ ਵੀ ਕਿੱਥੋਂ ਤੋਂ ਕਿੱਥੇ ਚੱਲ ਜਾਣੀ ਸੀ ਜੀ ਕਈ ਵਾਰੀ ਮੇਰੇ ਵਰਗੇ ਨੂੰ ਬਹਿਨ ਦੀ ਸ਼ਿਕਾਇਤ ਨਾਲ ਕੁਝ ਜ਼ਿਆਦਾ ਹੋ ਜਾਂਦੀ ਹੈ ਜੀ ਆਰਗੇਨਾਈਜੇਸ਼ਨਾਂ ਦੇ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੁੰਦੀ ਹੈ ਜੀ ਸਾਰਿਆਂ ਨੂੰ ਆਪਾਂ ਨਾਲ ਲੈ ਕੇ ਚੱਲੋ ਜੇ ਵੱਖ-ਵੱਖ ਫਰੰਟ ਖੋਲਾਂਗੇ ਉਹ ਮਾੜੇ ਹੁੰਦੇ ਨੇ ਜੀ ਮੈਂ ਆਪਣੇ ਚੈਨਲ ਦੇ ਵਿੱਚ ਕੁਝ ਦਿਨ ਪਹਿਲਾਂ ਵੀ ਕਿਹਾ ਸੀ ਜੀ ਕਿ ਨਵਜੋਤ ਸਿੱਧੂ ਦੇ ਵਿੱਚ ਸਾਰੇ ਗੁਣ ਨੇ ਬਹੁਤ ਵਧੀਆ ਵਿਅਕਤੀ ਹੈ ਜੀ ਸਾਰਾ ਕੁਛ ਆਪਰੋ ਚ ਠਰਮਾ ਨਹੀਂ ਜੀ ਉਹ ਠਰਮਾ ਨਹੀਂ ਰੱਖ ਸਕਦਾ ਜੀ ਉਹਨੇ ਜਿਹੜਾ ਕੁਛ ਇੱਕੇ ਦਮ ਵੀ ਆ ਚੱਕੋ ਜੀ استਿਫਾ ਜੀ ਉਦੋਂ ਪਹਿਲਾਂ ਬਹੁਤ ਕਦਮ ਨੇ ਜੇ ਤੁਸੀਂ ਪਹਿਲੀ ਵਾਰੀ ਉਹ ਜਾ ਕੇ ਡੀਜੀਪੀ ਨੂੰ ਚ ਦਿਆਉਂਗੇ ਨਾ ਅਰਜੀ ਜੀ ਤੇ ਵਿਚ ਵਿਚਾਲਾ ਖਤਮ ਹੋ ਜਾਂਦਾ ਹੈ ਛਿਆਲੇ ਬੰਦੇ ਹੁੰਦੇ ਨੇ ਪਹਿਲਾਂ ਐਸ ਐਚਓ ਡੀਐਸਪੀ ਐਸਪੀ ਐਸਐਸਪੀ ਡੀਆਈਜੀ ਆਈਜੀ ਏਡੀਜੀਪੀ ਫਿਰ ਡੀਜੀਪੀ ਕੋਈ ਜਾਂਦੇ ਆ ਜੀ ਬਚਾਲੇ ਹੁਣ ਉਹਨੇ ਅਸਤੀਫਾ ਦੇ ਕੇ ਸਾਰੇ ਰਸਤੇ ਖਤਮ ਕਰ ਲਏ ਜੀ ਹੁਣ ਸਥਿਤੀ ਐਸ ਕਿਸਮ ਦੀ ਬਣੀ ਹੋਈ ਹੈ ਜਿਵੇਂ ਆਪਾਂ ਗੱਲ ਕਰਦੇ ਆ ਕੋਈ ਮਰਾਸਰ ਰੁਸਕੇ ਘਰੋਂ ਭੱਜ ਗਈ ਜਦੋਂ ਸ਼ਾਮ ਦੇ 6 ਵਜੇ ਤੱਕ ਕੋਈ ਬੁਲਾਉਣ ਨਾ ਆਇਆ ਦਿਨ ਜਾਂ ਛਪਨ ਲੱਗਿਆ ਤਾਂ ਬੱਗ ਦੇ ਵਿੱਚ ਦੋ ਬੱਕਰੀਆਂ ਉਹਨਾਂ ਦੀਆਂ ਵੀ ਜਾਂਦੀਆਂ ਸੀ ਜੀ ਉਹ ਬੱਕਰੀ ਦੀ ਪੂਛ ਫੜ ਕੇ ਘਰੇ ਆ ਗਈ ਆ ਕੇ ਕਹਦੀ ਲੈ ਥੋਡੂ ਮੈਂ ਕੀ ਸਮਝਦੀ ਆ ਟਰੱਚ ਸਮਝਦੀ ਆ ਮੈਂ ਤਾਂ ਆ ਬੇਜਬਾਨ ਕਰਕੇ ਆ ਗਈ ਆ ਜੀ ਇਹਦੇ ਕਰਕੇ ਵੀ ਘਰ ਦਾ ਜੀ ਹੈ ਤੇ ਅੱਜ ਨਵਜੋਤ ਸਿੰਘ ਸਿੱਧੂ ਦੀ ਸਦਤੀ ਉਹ ਬਣੀ ਵੀ ਹੈ ਕਿ ਉਹ ਕਿਸਰਾ ਕਿਸੇ ਦਾ ਜਾਂ ਤਾਂ ਉਹ ਫੈਸਲਾ ਕਰ ਲੇ ਜੀ ਉਹਨੇ ਕਾਂਗਰਸ ਨੂੰ ਛੱਡਣਾ ਛੱਡੇ ਜੀ ਫਿਰ ਲੋਕਾਂ ਦੇ ਵਿੱਚ ਕੀ ਜਾਊਗਾ ਜੀ ਕਿ ਪਹਿਲਾਂ ਤੁਸੀਂ ਭਾਰਤੀ ਜਨਤਾ ਪਾਰਟੀ 'ਚ ਨਾ ਰਹੇ ਜੀ ਅਕਾਲੀਆਂ ਦੇ ਨਾਲ ਥੋੜਾ ਵਿਗਾੜ ਸੀ ਠੀਕਾ ਅਕਾਲੀ ਦਲ ਨੇ ਜੀ ਨਵਜੋਤ ਸਿੰਘ ਸਿੱਧੂ ਵਰਗੇ ਬੰਦੇ ਨੂੰ ਨਹੀਂ ਰੱਖਣਾ ਸੀ ਜਿਹਦੇ ਚ ਸਮਰੱਥਾ ਹੋਵੇ ਜੀ ਤਾਂ ਬਾਪੂ ਪ੍ਰਕਾਸ਼ ਸਿੰਘ ਬਾਦਲ ਦਾ ਮੁੰਡਾ ਮੁੱਖ ਮੰਤਰੀ ਕਿਵੇਂ ਬਣਦਾ ਜੀ ਇਹ ਮੁੱਖ ਮੰਤਰੀ ਕਿਤੇ ਆਪਦੇ ਹੱਥ ਚ ਨਹੀਂ ਹੁੰਦੀਆਂ ਤਾਂ ਸਾਹਿਬ ਹੱਥ ਵੜਿਆਈਆਂ ਜਿਸ ਭਾਵ ਹੈ ਤਿਸ ਦੇ ਜੀ ਇਹ ਤਾਂ ਅੱਡੀ ਚੋਟੀ ਦਾ ਜ਼ੋਰ ਲਾਈ ਜਾਂਦੇ ਨੇ ਨਵਜੋਤ ਸਿੰਘ ਸਿੱਧੂ ਤੇ ਸੁਖਵੀਰ ਸਿੰਘ ਜੀ ਦੀ ਤਕਦੀਰ ਦੇ ਵਿੱਚ ਉਸ ਪ੍ਰਮਾਤਮਾ ਨੇ ਲਿਖਿਆ ਹੋਇਆ ਸੀ ਵੜਿਆਈਆਂ ਦੇਣ ਦਾ ਉਹਨੂੰ ਮਿਲ ਗਈਆਂ ਜੀ ਉਹ ਬਹਿ ਗਿਆ ਹੋਰ ਸਾਰੀ ਉਮਰ ਚਰਨਜੀਤ ਸੋ ਚੰਨੀ ਦੇ ਨਾਲ ਸਾਬਕਾ ਮੁੱਖ ਮੰਤਰੀ ਦਾ ਜੁੜੂਗਾ ਨਾ ਜੀ ਲੇਕਿਨ ਉਹ ਜਿੱਦਾਂ ਦੇ ਕੰਮ ਕਰ ਰਿਹਾ ਹੈਗਾ ਉਹਦੇ 'ਚ ਲੋਕਾਂ ਦੇ ਵਿੱਚ ਕਾਫੀ ਉਹ ਹੈ ਜਿਵੇਂ ਪਰਸੋਂ ਜਦੋਂ ਉਹ ਉੱਥੇ ਪਸ਼ਰੰਦਾ ਪਿੰਡ ਦੇ ਵਿੱਚ ਗਏ ਨੇ ਕਹਿੰਦੇ ਸਸਕਾਰ ਦੇ ਵਿੱਚ ਕੁਝ ਸਮਾਂ ਸੀ ਉਹ ਸਾਹਮਣੇ ਇੱਕ ਹਾਰਡਵੇਅਰ ਦੀ ਦੁਕਾਨ ਤੇ ਬਹਿ ਕੇ ਕਹਿੰਦੇ ਚਲੋ ਚਾਹ ਪਿਆ ਦਿਓ ਜੀ ਉਸ ਤੋਂ ਬਾਅਦ ਇੱਕ ਲੰਗਰ ਦੇ ਵਿੱਚ ਲੰਗਰ ਛਕਿਆ ਜੀ ਇਸ ਤਰ੍ਹਾਂ ਦੇ ਕਈ ਕਾਰਨਾਮੇ ਕਰ ਰਹੇ ਨੇ ਜਿਵੇਂ ਨਾਇਕ ਫਿਲਮ ਦਾ ਹੀਰੋ ਕਰਦਾ ਹੈਗਾ ਲੋਕਾਂ ਦੇ ਵਿੱਚ ਉਹ ਗੱਲ ਪਸੰਦ ਹੈ ਪਰ ਇਹ ਨੂੰ ਬੜਾ ਰੰ ਲਮਕਾਇਆ ਜਾਵੇ ਕੰਮ ਚਾਹੀਦਾ ਲੋਕਾਂ ਨੂੰ ਕੰਮ ਵਾਲੇ ਪਾਸੇ ਵੀ ਜਿਵੇਂ ਉਹ ਲੱਗੇ ਹੋਏ ਨੇ ਕਰ ਰਹੇ ਨੇ ਕਰਨ ਦਾ ਯਤਨ ਕਰ ਰਹੇ ਨੇ ਜੋ ਚਾਰ ਪੰਜ ਚੀਜ਼ਾਂ ਵੀ ਕਰਕੇ ਜਿਵੇਂ ਜਿਵੇਂ ਦੀਆਂ ਚਰਨਜੀਤ ਸੋ ਚੰਨੀ ਦੀ ਕਾਰਗੁਜ਼ਾਰੀ ਤੋਂ ਨਜ਼ਰ ਆ ਰਹੀਆਂ ਨੇ ਤਾਂ ਉਹ ਬਹੁਤ ਵੱਡਾ ਕੰਮ ਹੋਵੇਗਾ ਔਰ ਲੋਕਾਂ ਨੂੰ ਕੰਮ ਚਾਹੀਦਾ ਹੈ ਜਿਵੇਂ ਅੱਜ ਰਾਜਾ ਵੜਿੰਗ ਨੇ ਆਪਣੇ ਪਟਿਆਲੇ ਦੇ ਬੱਸ ਅੱਡੇ ਤੇ ਆ ਕੇ ਛਾਪਾ ਮਾਰ ਲਿਆ ਜੀ ਜੇ ਇਹ ਪੰਜ ਚਾਰ ਇਸੇ ਤਰ੍ਹਾਂ ਹੋ ਗਿਆ ਕਿ ਪਤਾ ਨਹੀਂ ਰਾਜੇ ਨੇ ਕਦੋਂ ਆ ਜਾਣਾ ਜੀ ਤਾਂ ਤੁਸੀਂ ਦੇਖ ਲਿਓ ਸਰਕਾਰੀ ਖਜ਼ਾਨਾ ਵੀ ਭਰ ਜਾਊਗਾ ਜੀ ਪ੍ਰਾਈਵੇਟ ਬੱਸਾਂ ਨੂੰ ਸਮਾਂ ਵੀ ਮਿਲੂਗਾ ਉਹਨਾਂ ਦਾ ਤਾਂ ਜਿਹੜਾ ਪਰਿਵਾਰ ਹੈ ਉਹ ਵੀ ਤੁਰੇਗਾ ਸਹੀ ਢੰਗ ਦੇ ਨਾਲ ਜੇ ਕੁਝ ਹੋ ਜਾਵੇ ਮੇਰੇ ਨੂੰ ਲੱਗਦਾ ਜਿਹੜੀਆਂ ਆ ਰਾਇਤਾਂ ਆਪਾਂ ਕਰਦੇ ਆ ਨਾ ਵੀ ਆ ਰਾਇਤ ਦੇ ਦਿਓ ਅੱਜ ਦੀ ਜ਼ਰੂਰਤ ਨਾ ਪਵੇ ਅਸਲੀ ਮੁੱਦਿਆਂ ਨੂੰ ਉਠਾਇਆ ਜਾਵੇ ਔਰ ਲੋਕਾਂ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਰਾਇ ਬੰਨੀ ਸ਼ੁਰੂ ਹੋਈ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਹੁਣ ਤੱਕ ਦੀ ਕਾਰਗੁਜ਼ਾਰੀ ਹੈ ਬਹੁਤ ਵਧੀਆ ਹੈ ਔਰ ਸਾਨੂੰ ਉਮੀਦ ਹੈ ਕਿ ਚੰਨੀ ਸਾਹਿਬ ਭਵਿੱਖ ਵਿੱਚ ਵੀ ਇਹਨੂੰ ਵਰਕਰਾਰ ਰੱਖਣਗੇ ਲੋਕਾਂ ਨੂੰ ਆਸਾਂ ਬਹੁਤ ਜ਼ਿਆਦਾ ਨੇ ਕੀ ਉਹ ਉਹਨਾਂ ਆਸਾਂ ਤੇ ਖਰੇ ਉਤਰਦੇ ਨੇ ਇਹ ਅਗਲਾ ਸਮਾਂ ਦੱਸੇਗਾ ਜੀ ਉਧਰ ਇੱਕਰ ਗੱਲ ਕੀਤੀ ਹੈ ਨਵਜੋਤ ਸਿੰਘ ਸਿੱਧੂ ਦੀ ਬੇਟੀ ਰਾਵੀਆ ਸਿੱਧੂ ਦੀ ਤਾਂ ਰਾਵੀਆ ਸਿੱਧੂ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਪਾਰਕ ਦਾ ਯੋਗ ਉਦਘਾਟਨ ਕੀਤਾ ਜੀ ਦੇਖੋ ਰਾਵੀਆ ਸਿੱਧੂ ਉਹਨਾਂ ਦੀ ਸੁਪਤਰੀ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜੀ ਜਦੋਂ ਪਿਤਾ ਪਹਿਲਾ ਦਾਦਾ ਜੀ ਸਰਦਾਰ ਭਗਵੰਤ ਸਿੰਘ ਸਿੱਧੂ ਫਿਰ ਪਿਤਾ ਨਵਜੋਤ ਸਿੰਘ ਸਿੱਧੂ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਜੀ ਤੇ ਹੁਣ ਜੇ ਰਾਬੀਆ ਜਾਂਦੀ ਹੈ ਤਾਂ ਇਹ ਤਾਂ ਪਿਤਾ ਪੁਰਖੀ ਕੰਮ ਹੈ ਜੀ ਅੱਗੇ ਨੂੰ ਅੱਗੇ ਰਾਸੀ ਲੋਕਾਂ ਦੇ ਲੋਕ ਜਾਂਦੇ ਹੁੰਦੇ ਨੇ ਉਹਨਾਂ ਦੇ ਜਾਨਸੀਨ ਬੰਦੇ ਹੁੰਦੇ ਨੇ ਜੇ ਰਾਬੀਆ ਸਿੱਧੂ ਵੀ ਆ ਆਪਦੇ ਪਰਿਵਾਰ ਦੇ ਪਦ ਕਦਮਾਂ ਤੇ ਚੱਲਦੇ ਅੱਗੇ ਸਿਆਸਤ ਦੇ ਵਿੱਚ ਪੈਰ ਰੱਖਣ ਨੂੰ ਜਾ ਰਹੀ ਹੈ ਇਹ ਕੋਈ ਨਵੀਂ ਅਤ ਕਥਨੀ ਨਹੀਂ ਸਿਆਸੀ ਲੋਕਾਂ ਦੇ ਜਿਹੜੇ ਸਪੂਤ ਨੇ ਜੀ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹ ਸਿਆਸਤ ਦੀ ਪੌੜੀ ਤੇ ਚੜਦੀ ਹੁੰਦੇ ਨੇ ਜੀ ਉਧਰ ਪੰਜਾਬ ਸਰਕਾਰ ਨੇ ਜਮੀਂ ਭੂਮੀ ਜ਼ਮੀਨ ਨੂੰ ਲੈ ਕੇ ਜਿਹੜੀ ਆਪਣਾ ਜਿਹੜੇ ਉਹਦੇ ਕਾਨੂੰਨ ਨੇ ਉਹਨਾਂ ਦੇ ਵਿੱਚ ਕੁਝ ਬਦਲ ਫੇਰ ਕੀਤਾ ਹੈ ਜਿਵੇਂ ਕਿ ਗਦਾਵਰੀਆਂ ਦਾ ਹੁੰਦਾ ਸੀਗਾ ਇੰਤਕਾਲ ਦਾ ਹੁੰਦਾ ਸੀਗਾ ਅਜਿਹੇ ਜਿਹੜਾ ਕੁਝ ਹੁੰਦਾ ਸੀਗਾ ਇਹ ਉਹਦੇ ਵਿੱਚ ਵੱਡਾ ਬਦਲ ਫੇਰ ਕੀਤਾ ਜੀ ਚਰਨ ਜੀ ਸੋ ਚੰਨੀ ਦੀ ਅਗਵਾਈ ਦੇ ਵਿੱਚ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਕਾਫੀ ਕੰਮਾਂ ਦੇ ਵਿੱਚ ਸੁਧਾਰ ਕੀਤਾ ਜਾ ਰਿਹਾ ਹੈਗਾ ਜੀ ਪਹਿਲਾ ਕੰਮ ਉਹਨਾਂ ਨੇ ਕਿਹਾ ਵੀ ਇੱਕ ਤੱਕ ਗਦਾਵਰੀਆਂ ਵਾਲਾ ਇਹ ਮਾਮਲਾ ਅਸੀਂ ਖਤਮ ਕਰਦੇ ਨੇ ਜੀ ਤਹਿਸੀਲਾਂ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਹੈ ਉਹ ਖਤਮ ਕਰ ਦੇਣਾ ਜਿਵੇਂ ਲਾਇਸੈਂਸਾਂ ਦੇ ਮਾਮਲੇ ਦੇ ਵਿੱਚ ਰਾਜੇ ਬੜਿੰਗਰੇ ਕਹਤਾ ਨਾ ਕਿ ਲਾਇਸੈਂਸ ਮੈਂ ਲਾਈਨ ਤੇ ਲਿਆ ਦੂੰ ਜੀ ਇਹ ਕੰਮ ਹੈ ਅੱਜ ਮੈਂ ਇੱਕ ਵੱਡੇ ਅਧਿਕਾਰੀ ਕੋਲੇ ਬੈਠਾ ਸੀ 12000 ਦਰਖਾਸਤ ਪੈਂਡਿੰਗ ਪਈ ਹੈ ਪਟਿਆਲੇ ਜ਼ਿਲ੍ਹੇ ਚ ਜੀ ਇੱਕ ਜ਼ਿਲ੍ਹਾ ਇਹੋ ਜਿਹਾ ਸੀ ਜਿੱਥੇ 25000 ਦਰਖਾਸਤ ਪੈਂਡਿੰਗ ਪਈ ਸੀ ਜੀ ਇਹ ਦਰਖਾਸਤਾਂ ਦਾ ਕੰਮ ਪਤਾ ਕੀ ਹੈ ਕਿ ਜੇ ਤੁਸੀਂ ਗਏ ਹੋ ਥਾਣੇ ਦੇ ਵਿੱਚ ਉਹ ਕਹਦਾ ਵੱਡੇ ਅਫਸਰ ਹੁੰਦੇ ਆ ਕਿਸੇ ਨੂੰ ਜੀ ਸੋ ਇਸ ਕੰਮ ਦੇ ਵਿੱਚ ਸਰਕਾਰ ਲੱਗੀ ਹੈ ਇਹਦੇ ਵਿੱਚ ਇੱਕ ਉਹਨਾਂ ਨੇ ਜਿਹੜਾ ਕੰਮ ਕਰਤਾ ਕਿ ਕੈਂਪ ਆਫਸਾਂ ਦੇ ਵਿੱਚ ਬਹਿ ਕੇ ਅਧਿਕਾਰੀ ਕੰਮ ਨਹੀਂ ਕਰਨਗੇ ਉਹ ਆਪਣੇ ਦਫ਼ਤਰਾਂ 'ਚ ਬੈਠਣਗੇ ਜੀ 9 ਤੋਂ 5 ਉਹਨਾਂ ਦਾ ਦਫ਼ਤਰ ਦਾ ਟਾਈਮ ਹੈ ਜੇ ਉਦੋਂ ਬਾਅਦ ਪਬਲਿਕ ਖੜੀ ਹੈ ਜੀ ਜਦੋਂ ਤੱਕ ਪਬਲਿਕ ਨਹੀਂ ਜਾਂਦੀ ਉਦੋਂ ਤੱਕ ਉਹਨੂੰ ਕੰਮ ਕਰਨਾ ਹੋਵੇਗਾ ਜੀ ਇਹਦੇ ਨਾਲ ਇੱਕ ਵੱਖਰਾ ਸੁਨੇਹਾ ਗਿਆ ਹੈ ਜੀ ਮੈਂ ਥੋੜੇ ਦਿਨ ਪਹਿਲਾਂ ਮੁੱਖ ਮੰਤਰੀ ਦੀ ਇਸ ਗੱਲ ਦੀ ਛਲਾਗਾ ਕਰਦਾ ਉਹਨਾਂ ਨੇ ਕਿਹਾ ਸੀ ਕਿ ਇਹ ਲਾਲ ਫੀਤਾ ਸ਼ਾਹੀ ਕੁਝ ਬਾਲੀ ਸੱਤੇ ਨਹੀਂ ਚੜੀ ਵੀ ਜੀ ਕੰਮ ਲੈਣਾ ਹੋਣਾ ਚਾਹੀਦਾ ਕਹਿੰਦਾ ਫਿਰਦੇ ਆ ਨਾ ਸੜਕਾਂ ਤੇ ਨਿਕਲੇ ਪਹਿਲਾਂ ਨਿਕਲਦੇ ਨਹੀਂ ਸੀ ਕਿ ਠੰਡੇ ਕਮਰਿਆਂ ਦੇ ਵਿੱਚ ਬੈਠੇ ਸਨ ਜੀ ਸੋ ਜੇ ਉਹ ਜਿੰਨਾ ਸਮਾਂ ਉਹਨਾਂ ਦੇ ਕੋਲ ਹੈ 9 ਤੋਂ ਲੈ ਕੇ 5 ਵਜੇ ਦਾ ਜੀ ਉਹਦੇ ਵਿੱਚ ਵੀ ਪੂਰਾ ਕੰਮ ਕਰ ਦੇਣ ਲੋਕਾਂ ਨੂੰ ਇਨਸਾਫ ਮਿਲਦਾ ਨਜ਼ਰ ਆ ਜਾਵੇ ਲੋਕਾਂ ਦੇ ਮਤਲਬ ਕੰਮ ਹੋਣ ਥਾਣਿਆਂ 'ਚ ਕੰਮ ਹੋਣ ਜੀ ਚੰਗੇ ਵਿਅਕਤੀ ਨੂੰ ਉਹ ਸਤਿਕਾਰ ਮਿਲੇ ਬਹੁਤ ਬਰ ਬੰਦੇ ਨੂੰ ਸਤਿਕਾਰ ਮਿਲੇ ਤੇ ਮਾੜੇ ਦੇ ਚਾਰ ਛਤਰ ਵੀ ਪੈਣ ਜੀ ਉਸ ਦੇ ਜੇ ਕੱਲ ਹੋ ਜਾਵੇ ਤਾਂ ਆਮ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੇ ਚੰਗੇ ਕੁਝ ਕਦਮ ਇਹ ਉਠਾਉਣ ਲੱਗੇ ਨੇ ਜਿਹੜਾ ਇਹਨਾਂ ਨੇ ਕਹਿਤਾ ਕਿ ਬਿਲਕੁਲ ਕੋਈ ਬੰਦਾ ਕੈਂਪ ਆਫਸ ਕੋਠੀਆਂ 'ਚ ਬੈਠੇ ਨੇ ਜੀ ਕੋਠੀਆਂ ਦਾ ਬਿਲੋਂ ਦਾ ਬਿਜਲੀ ਦਾ 500 ਜਾਂ 700 ਸਾਰੇ ਘਰ ਦਾ ਕੈਂਪ ਆਫਸ ਨਾਲ ਜੁੜਿਆ ਹੋਇਆ ਵੀ ਉਹ ਵੀ ਸਰਕਾਰ ਪਰੇ ਸੋ ਇਹ ਜਿਹੜਾ ਕੰਮ ਸਰਕਾਰ ਚੁੱਕਣੇ ਜਾ ਰਹੀ ਆ ਸਮਾਂ ਥੋੜਾ ਹੈ ਪਰ ਜੇ ਸਰਕਾਰ ਨੇ ਇੱਕ ਅਰਦਖਾਆ ਤਾਂ ਪੰਜਾਬ ਦੇ ਲੋਕ ਇਹਨਾਂ ਨੂੰ ਦੁਬਾਰਾ ਮੌਕਾ ਵੀ ਦੇ ਸਕਦੇ ਆ ਜੇ ਅਸੀਂ ਵਾਅਦੇ ਤਾਂ ਕਰ ਲੈ ਕੀਤੇ ਕੁਝ ਨਾ ਤੇ ਫਿਰ ਜਿਵੇਂ ਪਿਛਲਿਆਂ ਦਾ ਹਾਲ ਆ ਉਵੇਂ ਜਿਵੇਂ ਇਹਨਾਂ ਦਾ ਵੀ ਹਾਲ ਹੋ ਜਾ ਜੀ ਜੀ ਉਧਰ ਸੰਸਦ ਦਾ ਜਿਹੜਾ ਸਰਦੀ ਰੁੱਤ اجلاس ਆ ਉਹ ਕਹਿੰਦੇ 2 ਜਿਹੜਾ 22 ਫਰਵਰੀ ਆ 22 ਨਵੰਬਰ ਤੋਂ ਜਿਹੜਾ ਹੋ ਸ਼ੁਰੂ ਹੋਣ ਜਾ ਰਿਹਾ ਜੀ ਇਹ 21 ਨਵੰਬਰ ਤੋਂ ਲੈ ਕੇ ਕਹਿੰਦੇ ਲਗਭਗ 1 ਮਹੀਨਾ ਚੱਲੇਗਾ ਇਦੇ ਬਾਰੇ ਕਿ ਐਸਰੰਗਾ ਆ ਰੰਗਾ ਨੇ ਜੇ 1 ਮਹੀਨਾ ਚੱਲੇਗਾ ਤਾਂ 1 ਮਹੀਨਾ ਬਹੁਤ ਸਮਾਂ ਹੁੰਦਾ ਪਹਿਲਾਂ ਜਿਹੜਾ ਆ ਗਰਮ ਰੁੱਤ ਸੈਸ਼ਨ ਸੀ ਅ ਪ੍ਰਸਾਤ ਰੁੱਤ ਸੈਸ਼ਨ ਜਿਹੜਾ ਜੀ ਉਹਦਾ ਤਾਂ ਸਾਰੇ ਦਾ ਸਾਰਾ ਗੱਲਾਂ ਬਾਤਾਂ ਚ ਨਿਕਲ ਗਿਆ ਪਤਾ ਨਹੀਂ ਕਿਉਂ ਇਹ ਸਿਆਸੀ ਲੋਕ ਇਹਨਾਂ ਸੈਸ਼ਨਾਂ ਦੇ ਵਿੱਚ ਲੋਕਾਂ ਦੀਆਂ ਮੰਗਾਂ ਰੱਖਣ ਦੀ ਥਾਂ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਲਿਆਉਣ ਦੀ ਥਾਂ ਦੇ ਉੱਤੇ ਭੱਜਦੇ ਕਿਉਂ ਜੀ ਲਗਾਤਾਰ ਇਹਨਾਂ ਤੋਂ ਕਿਨਾਰਾ ਕੀਤਾ ਜਾਂਦਾ ਭੱਜਿਆ ਜਾਂਦਾ ਹੈਗਾ ਕਿ ਮੈਂ ਉੱਥੇ ਉਹਦਾ ਕਾਰਨ ਹੈ ਕਿ ਇਹ ਲੋਕ ਆਪਦਾ ਹੋਮਵਰਕ ਨਹੀਂ ਕਰਦੇ ਪਹਿਲਾਂ ਪੜ੍ਹਦੇ ਨਹੀਂ ਮੈਨੂੰ ਅੱਜ ਫੇਰ ਕਹਿਣਾ ਪੈ ਰਿਹਾ ਹੈ ਕਿ ਜਿਹੜੇ ਸੁਰੇਸ਼ ਕੁਮਾਰ ਪ੍ਰਮੁਖ ਮੁੱਖ ਪ੍ਰਮੁਖ ਸਕੱਤਰ ਸੀਗੇ ਮੁੱਖ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਹਨਾਂ ਦਾ ਇੱਕ ਲੇਖ ਸੀਗਾ ਜਿਹਦੇ ਵਿੱਚ ਇਹ ਕਿਹਾ ਸੀ ਕਿ ਜਿਹੜੇ ਮੰਤਰੀ ਤੇ ਵਿਧਾਇਕ ਨੇ ਇਹਨਾਂ ਨੂੰ ਬਕਾਇਦਾ ਸਿਸ਼ਟਾਚਾਰੀ ਤੇ ਇਹਨਾਂ ਦੇ ਰਫਰੈਸ਼ਰ ਕੋਰਸ ਹੋਣੇ ਚਾਹੀਦੇ ਤਾਂਕਿ ਇਹਨਾਂ ਨੂੰ ਪਤਾ ਉਹ ਤਾਂ ਹੋਵੇ ਸਾਡਾ ਅਧਿਕਾਰ ਖੇਤਰ ਕੀ ਹੈ ਸੈਕਟਰੀ ਦਾ ਕੀ ਹੈ ਹੋਰ ਅਧਿਕਾਰੀ ਦਾ ਕੀ ਹੈਗਾ ਜੀ ਤੇ ਮੈਂ ਸਮਝਦਾ ਕਿ ਇਹਨਾਂ ਨੂੰ ਲੋਕਾਂ ਦੇ ਵਿੱਚ ਲਫਾਫੇबाजी ਕਰਨ ਦੀ ਥਾਂ ਦੇ ਉੱਤੇ ਜਿਹੜਾ ਹੋਮਵਰਕ ਹੈ ਉਹ ਕਰਕੇ ਜਾਣਾ ਚਾਹੀਦਾ ਜੇ ਕੋਈ ਸਵਾਲ ਲੱਗਿਆ ਹੋਵੇ ਮੰਤਰੀ ਕੋਲੇ ਉਸ ਦਾ ਜਵਾਬ ਹੋਵੇ ਜੀ ਧੰਨਵਾਦ ਜੀ ਇਸਨ ਸਾਡੇ ਨਾਲ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢੱਲੋ ਜੀ ਜਿਨ੍ਹਾਂ ਨੇ ਬਹੁਤ ਬਹੁਤਰੇ ਮੁੱਦੇ ਚਰਚਾ ਕੀਤੀ ਹੈ ਹੁਣ ਦੇਖਣਾ ਇਹ ਹੋਊਗਾ ਕਿ ਜਿਹੜਾ ਸਿੰਘੂ ਬਾਰਡਰ ਤੇ ਜਿਹੜਾ ਆਪਾਂ ਕਹਿਦੀ ਕਿ ਕਤਲ ਹੋਇਆ ਉਸ ਦੇ ਪਿੱਛੇ ਕੀ ਹੱਥ ਸੀਗਾ ਕਿਸ ਕੀ ਦੀ ਕਰਾਉਣ ਦੀ ਸਾਜ਼ਿਸ਼ ਸੀਗੀ ਜਾਂ ਕਿਸਾਨੀ ਅੰਦੋਲਨ ਢਾਲਾਉਣ ਦੀ ਸਾਜ਼ਿਸ਼ ਸੀਗੀ ਤਾਂ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਹੁਣ ਦੇਖਣਾ ਇਹ ਹੋਊਗਾ ਕਿ ਇਸ ਪੂਰੀ ਜਾਂਚ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਧੰਨਵਾਦ D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗਿਆਨੀ ਸਾਹਿਬ ਸਿੰਘ ਜੀ ਸ਼ਾਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ ਟੀ5 ਚੈਨਲ ਪੰਜਾਬੀ ਤੇ